ਤਾ ਸਾਰੇ ਲੋਕਾਂ ਤੋਂ ਇੱਕ ਗੱਲ ਸੁਣਦੇ ਕਿ ਵੀ ਹੁਣ ਖਾਣ ਪੀਣ ਸਾਡਾ ਮਾੜਾ ਹੋ ਗਿਆ ਖਾਣ ਪੀਣ ਸਾਡਾ ਪਹਿਲਾਂ ਵਰਗਾ ਨਹੀਂ ਰਿਹਾ ਤਾਂ 2.5-3 ਲੱਖ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਦੁਸਤਾਨ ਚ ਕਿਸਾਨੀ ਪੱਖ ਵੀ ਇਹ ਹੈ ਕਿ ਕਿਸਾਨਾਂ ਦੇ ਸਿਰ ਕਰਜ਼ਾ ਵੀ ਚੜ ਰਹੇ ਆ ਦੇਖੋ ਉਹਨਾਂ ਦੇ ਜ਼ਮੀਨਾਂ ਵੀ ਵਿਕ ਰਹੀਆਂ ਤੇ ਉਧਰੋਂ ਸਾਡਾ ਸਮਾਜ ਬਿਮਾਰ ਵੀ ਹੋ ਰਿਹਾ ਆਪ ਵੀ ਪ੍ਰੈਕਟਿਸ ਕਰਦੇ ਹੋ ਮਤਲਬ ਆਰਗੇਨਿਕ ਫਾਰਮਿੰਗ ਆਪ ਵੀ ਕਰਦੇ ਹੋ ਤੇ ਫਿਰ ਆਪਣੇ ਆਸ-ਪਾਸ ਇਨਸਪਾਇਰ ਕਰਦੇ ਹੋ ਬਾਕੀ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਕਰਨ ਲਈ ਕਿ ਫੂਡ ਇਜ਼ ਮੈਡੀਸਨ ਜੇ ਤੁਹਾਡਾ ਭੋਜਨ ਨਹੀਂ ਸਹੀ ਤਾਂ ਫਿਰ ਤੁਸੀਂ ਤੰਦਰੁਸਤ ਨਹੀਂ ਹੋ ਸਕਦੇ ਕੋਈ ਦਵਾਈ ਵੀ ਨਹੀਂ ਫਿਰ ਕੰਮ ਕਰਦੀ ਐਸੇ ਜਿਹੜੀ ਮਾਰਕੀਟਿੰਗ ਦਾ ਸਿਸਟਮ ਸਭ ਤੋਂ ਪਹਿਲਾਂ ਸਾਡੇ ਬਰਨਾਲੇ 'ਚ ਸ਼ੁਰੂ ਹੋਇਆ ਸੀ ਸਾਨੂੰ ਇਹੀ ਜ਼ਹਿਰਪਰੀ ਸਬਜ਼ੀ ਖਾਣੀ ਪਊਗੀ ਹੁਣ ਤਾਂ ਉਹ ਤਾਂ ਪੁਰਾਣੇ ਜਵਾਨਾਂ ਦੀਆਂ ਗੱਲਾਂ ਨੇ ਪੁਰਾਣਾ ਸਾਗ ਤੇ ਪੁਰਾਣਾ ਕद्दू ਜਿਹੜਾ ਖਾਂਦੇ ਸੀ ਉਹ ਸਵਾਦ ਕਿੱਥੇ ਹੋਣ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਬਰਨਾਲਾ ਸੂਬਾ ਹੈ ਨਾ ਮਤਲਬ ਇਹ ਇਹ ਸੂਬੇ ਦੀ ਸੋਚ ਥੋੜੀ ਡਿਫਰੈਂਟ ਹੈ ਆ ਸਤਿ ਸ੍ਰੀ ਅਕਾਲ ਨਿਰਮਲ ਜੀ ਤੁਹਾਡਾ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਭਾਈ ਵਧੀਆ ਬਹੁਤ ਵਧੀਆ ਭਾਈ ਤੁਸੀਂ ਦੱਸੋ ਆਪਣਾ ਬਸ ਜੀ ਠੀਕ ਠਾਕ ਤੇ ਵੈਲਕਮ ਤੁਹਾਡਾ ਸਾਡੀ ਮਿੱਠੀ ਜੇਲ ਚੈਨਲ ਤੇ ਮੂੰਹ ਜਿੱਤਨਾ ਬੜਾ ਤੁਹਾਡੇ ਬਾਰੇ ਗੱਲ ਕਰਦਾ ਰਹਿੰਦਾ ਅ ਦੱਸਦਾ ਰਹਿੰਦਾ ਸਾਨੂੰ ਇਨਫੋਰਮੇਸ਼ਨ ਦਿੰਦਾ ਰਹਿੰਦਾ ਤੁਹਾਡੇ ਬਾਰੇ ਵੀ ਤੁਸੀਂ ਆਰਗੇਨਿਕ ਫਾਰਮਿੰਗ ਲਈ ਬਹੁਤ ਕੁਝ ਕੀਤਾ ਹੈ ਹੈਨਾ ਵੀ ਤੁਸੀਂ ਇੱਕ ਮੁੱਢ ਤੋਂ ਪੰਜਾਬ ਦੇ ਵਿੱਚ ਜਾਣੇ ਮਾਣੇ ਆਰਗੇਨਿਕ ਫਾਰਮਰ ਹੈਗੇ ਹੋ ਤੇ ਉਹੀ ਉਸੇ ਰਿਲੇਟਿਡ ਅਸੀਂ ਬਹੁਤ ਟਾਈਮ ਤੋਂ ਟਰਾਈ ਕਰ ਰਹੇ ਸੀ ਕਿ ਅਸੀਂ ਤੁਹਾਨੂੰ ਕੰਟੈਕਟ ਕਰ ਸਕੀਏ ਤੇ ਅੱਜ ਸਾਨੂੰ ਇਹ ਵਧੀਆ ਮੌਕਾ ਮਿਲਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਤਮੇ ਸ਼ੁਰੂਆਤ ਇਸ ਗੱਲ ਤੋਂ ਕਰੂੰਗੀ ਕਿ ਤੁਹਾਡੀ ਸ਼ੁਰੂਆਤ ਆਰਗੇਨਿਕ ਚ ਕਿੱਥੋਂ ਹੋਈ ਕੀ ਤੁਸੀਂ ਕਾਫੀ ਪਹਿਲਾਂ ਤੋਂ ਹੀ ਆਰਗੇਨਿਕ ਵੱਲ ਤੁਹਾਡਾ ਝੁਕਾਅ ਸੀਗਾ ਕਿ ਓਵਰ ਦਾ ਟਾਈਮ ਲਾਈਫ ਦੇ ਕਿਸ ਪੜਾਅ ਤੇ ਆ ਕੇ ਤੁਸੀਂ ਸੋਚਿਆ ਕਿ ਤੁਸੀਂ ਤੁਸੀਂ ਆਰਗੇਨਿਕ ਜਿਹੜੀ ਹੁੰਦੀ ਹੈ ਖੇਤੀ ਹੁੰਦੀ ਹੈ ਇਹਦੇ ਬਾਰੇ ਪ੍ਰਚਾਰ ਕਰਨਾ ਜਾਂ ਇਹਨੂੰ ਤੁਸੀਂ ਅੱਗੇ ਲੈ ਕੇ ਆਣਾ ਹੈ ਇਹ ਤੁਹਾਡੀ ਸ਼ੁਰੂਆਤ ਕਿੱਥੋਂ ਹੋਈ ਇਸ ਤਰ੍ਹਾਂ ਪ੍ਰਭ ਜੀ ਤੇ ਮੈਂ ਪੜ੍ਹਾਈ ਕਰਕੇ ਮੈਨੂੰ ਘਰ ਜਾਂਦਾ ਵੀ ਸੀ ਕੁਝ ਮੈਂ ਆਪ ਵੀ ਪਿਤਾ ਜੀ ਨਾਲ ਤੇ ਮੇਰੇ ਮਾਮਾ ਜੀ ਨਾਲ ਖੇਤ ਜਾਂਦਾ ਸੀ ਮੈਨੂੰ ਖੇਤ ਹੀ ਬੜੇ ਪਿਆਰੇ ਲੱਗਦੇ ਸੀ ਖੇਤੀ ਨਾਲ ਵੀ ਮੇਰਾ ਇੱਕ ਤਰ੍ਹਾਂ ਦਾ ਰਿਸ਼ਤਾ ਮੁੱਢੋਂ ਹੀ ਬਚਪਨ ਤੋਂ ਹੀ ਜੁੜਿਆ ਹੋਇਆ ਤੇ ਜਦੋਂ ਅਸੀਂ ਪੜ੍ਹ ਕੇ ਪੀ.ਐਜੂ ਜਾਣ ਲੱਗੇ ਕੁਝ ਕਿ ਜਿਹੜੀਆਂ ਫਾਰਮਿੰਗ ਦੀਆਂ ਕੈਮੀਕਲ ਫਾਰਮਿੰਗ ਨੂੰ ਹੀ ਅਸੀਂ ਇੱਕ ਪ੍ਰੋਗਰੈਸਿਵ ਤੇ ਵਧੀਆ ਗਿਣੀ ਜਿਹੜੀ ਵੀ ਸਾਡੇ ਸਾਡੇ ਵਾਲੀ ਉਮਰ ਉਮਰ ਦੇ ਲੋਕ ਸੀਗੇ ਥੋੜੇ ਪੜ ਕੇ ਖੇਤੀ ਚਾਏ ਤਾਂ ਅਸੀਂ ਕੈਮੀਕਲ ਫਾਰਮਿੰਗ ਹੀ ਸ਼ੁਰੂ ਕੀਤੀ ਕੈਮੀਕਲ ਫਾਰਮਿੰਗ ਹੀ ਸ਼ੁਰੂ ਕੀਤੀ ਤੇ ਉਹਦੇ ਚ ਸਾਨੂੰ ਇਹ ਦਿਸਿਆ ਕਿ ਇਹ ਇਹ ਵਧੀਆ ਇਹਦੇ ਚ ਝਾੜ ਵਾਧਾ ਉਸ ਤਰ੍ਹਾਂ ਤੇ ਉਸ ਤੋਂ ਬਾਅਦ ਲਗਾਤਾਰ ਲਗਾਤਾਰ ਕੈਮੀਕਲ ਫਾਰਮਿੰਗ ਕਰਦੇ ਰਹੇ ਤੇ ਉਹਦੇ ਚੋਂ ਦੇਖੋ ਥੋੜੀ ਅਰਨਿੰਗ ਵੀ ਹੋਈ ਥੋੜੀ ਸੇਵਿੰਗ ਵੀ ਹੋਈ ਤੇ ਥੋੜੀ ਕੈਮੀਕਲ ਫਾਰਮਿੰਗ ਮਸ਼ੀਨਾਂ ਤੇ ਆਧਾਰਤ ਮਸ਼ੀਨਾਂ ਤੇ ਆਧਾਰਤ ਹੋ ਗਈ ਤਾਂ ਥੋੜੀ ਫਿਜ਼ੀਕਲ ਵੀ ਸੌਖੇ ਕੰਮ ਹੋਏ ਤਾਂ ਉਹਦੇ ਚੋਂ ਮੈਂ ਤਾਂ ਅੱਗੇ ਥੋੜਾ ਜਿਹਾ ਥੋੜਾ ਜਿਹਾ ਵਪਾਰ ਵੱਲ ਵੀ ਥੋੜਾ ਜਿਹਾ ਅੱਗੇ ਵਧ ਗਿਆ ਤੇ ਫਾਰਮਿੰਗ ਉਹੀ ਜੀਰੀ ਕਣਕ ਜੀਰੀ ਕਣਕ ਹੀ ਕਰਦੇ ਰਹੇ ਉਸ ਤੋਂ ਬਾਅਦ ਇੱਥੇ ਪੰਜਾਬ ਵਿੱਚ ਕੁਝ ਐਫਰਟ ਹੋ ਸੀ ਨਾ ਆ ਆਰਤੀ ਆਰਤੀ ਦਾ ਕੰਮ ਵੀ ਮਿਲਦਾ ਮੁੰਜੀਤ ਕੇਂਦਰ ਸੇ ਤੁਸੀਂ ਆਰਤੀ ਮੈਂ ਫਿਰ ਜਦੋਂ ਜਦੋਂ ਥੋੜੀ ਜੇ ਥੋੜੀ ਸੇਵਿੰਗ ਹੋਈ ਤਾਂ ਉਹ ਲਾਇਸੈਂਸ ਬਣਾ ਲਿਆ ਕਿ ਪੜੇ ਲਿਖੇ ਆ ਚਲੋ ਖੇਤੀ ਦਾ ਤਾਂ ਹੁਣ ਕੋਈ ਜ਼ਿਆਦਾ ਕੈਮੀਕਲ ਚ ਤਾਂ ਕੋਈ ਜ਼ਿਆਦਾ ਕੰਮ ਨਹੀਂ ਹੈ ਮਸ਼ੀਨ ਨਾਲ ਹੀ ਕੰਮ ਹੁੰਦਾ ਕਣਕ ਜੀਰੀ ਕਣਕ ਜੀਰੀ ਹੁੰਦੀ ਰਹੀ ਹਾਂਜੀ ਤਾਂ ਕੁਛ ਕੁਸਤੀ ਜਾਈ ਹੋਣਾ ਕਿ ਪੰਜਾਬ ਦੇ ਵਿੱਚ ਜਦੋਂ ਥੋੜੇ ਜਿਹੇ ਲੋਕ ਬਿਮਾਰ ਹੋਣ ਲੱਗੇ ਤਾਂ ਥੋੜਾ ਕੈਂਸਰ ਵੀ ਫੈਲਿਆ ਕਾਫੀ ਫੈਲਿਆ ਕਾਫੀ ਬਿਮਾਰੀਆਂ ਦਾ ਪ੍ਰਕੋਪ ਹੋਇਆ ਇੱਥੇ ਤਾ ਸਾਰੇ ਲੋਕਾਂ ਤੋਂ ਇੱਕ ਗੱਲ ਸੁਣਦੇ ਕਿ ਵੀ ਹੁਣ ਖਾਣ ਪੀਣ ਸਾਡਾ ਮਾੜਾ ਹੋ ਗਿਆ ਖਾਣ ਪੀਣ ਸਾਡਾ ਪਹਿਲਾਂ ਵਰਗਾ ਨਹੀਂ ਰਿਹਾ ਇਸ ਕਰਕੇ ਬਿਮਾਰੀਆਂ ਨੇ ਜਿਹੜੀਆਂ ਬਿਮਾਰੀਆਂ ਦਾ ਪ੍ਰਕੋਪ ਆ ਕੈਂਸਰ ਆ ਜਾਂ ਹੋਰ ਬੀਪੀ ਆ ਸ਼ੂਗਰ ਆ ਜਿੰਨੀਆਂ ਬਜ਼ੁਰਗ ਐ ਸੜਾ ਸਾਰੀਆਂ ਟੋਟਲ ਬਿਮਾਰੀਆਂ ਦੇ ਪਿੱਛੇ ਇਹੀ ਗੱਲਬਾਤ ਕਰਦੇ ਪਹਿਲਾ ਦੀ ਉਮਰ ਵਾਲੇ ਬੰਦੇ ਵੀ ਤੇ ਸਭੀ ਤੇ ਕਿਹੜੇ ਸੰਦੀ ਕਿਹੜੇ ਸੰਦੀ ਗੱਲ ਹੈ ਇਹ ਕਿਹੜੇ ਸਾਲ ਦੀ ਗੱਲ ਦੱਸ ਦਿੰਦੇ ਸਾਨੂੰ ਇਹ ਇਹ 2006 ਚ ਆਪਣੇ ਡਾਕਟਰ ਆਮਰ ਸਿੰਘ ਯਾਦ ਸੀ ਉਹ ਡਬਲ ਐਮਡੀ ਸੀਗੇ ਉਹ ਉਹ ਇੱਕ ਇਸ ਤਰ੍ਹਾਂ ਦੀ ਇੱਕ ਸੰਸਥਾ ਆ ਗਈ ਪੰਜਾਬ ਚ ਐਨਜੀਓ ਆ ਜਿਹੜੀ ਖੇਤੀ ਵਿਰਾਸਤ ਮਿਸ਼ਨ ਉਹਦੇ ਵੀ ਉਹ ਡਾਇਰੈਕਟਰ ਸੀਗੇ ਤੇ ਅਮਿੰਦਰ ਦੱਤ ਜੀ ਵੀ ਉਹਦੇ ਸੰਚਾਲਕ ਨੇ ਐਨਜੀਓ ਕੋ ਉਹ អਨਜੀਓ ਜਿਹੜੀ ਆਪਣਾ ਵਾਤਾਵਰਨ ਖੇਤੀ ਤੇ ਸਿਹਤ ਦੇ ਸਰੋਕਾਰਾਂ ਤੇ ਕੰਮ ਕਰਦੀ ਆ ਡਾਕਟਰ ਆਮਰ ਸਿੰਘ ਯਾਦ ਨੇ ਸਾਡੇ ਪੁਰਾਣੇ ਸੀਨੀਅਰ ਬੰਦਿਆਂ ਨੂੰ ਪਿੰਡਦਿਆਂ ਨੂੰ ਜਾਣਦੇ ਸੀ ਡਾਕਟਰ ਯਾਦ ਸਾਹਿਬ ਉਹਨਾਂ ਨੇ ਇੱਕ ਸਨੇਹਾ ਭੇਜਿਆ ਸਾਡੇ ਕਿ ਕੁਦਰਤੀ ਖੇਤੀ ਦੇ ਸੰਬੰਧ ਚ ਮੀਟਿੰਗਾਂ ਹੋ ਰਹੀਆਂ ਨੇ ਉੱਥੇ ਤੁਸੀਂ ਕੁਝ ਕਿਸਾਨਾਂ ਨੂੰ ਭੇਜੋ ਤੇ ਮੈਨੂੰ ਵੀ ਸਨੇਹਾ ਲੱਗਿਆ ਮੈਂ ਉਹਨਾਂ ਦੀ ਮੀਟਿੰਗਾਂ ਚ ਗਿਆ ਤੇ ਕੁਛ ਮੈਨੂੰ ਥੋੜੀ ਥੋੜੀ ਸਮਝ ਲੱਗਣ ਲੱਗੀ ਕਿ ਇਸ ਤਰ੍ਹਾਂ ਕੋ ਕੁਦਰਤੀ ਖੇਤੀ ਵੀ ਕੀਤੀ ਜਾ ਸਕਦੀ ਹੈ ਬਿਨਾ ਖਾਦਾਂ ਔਰ ਜਿਵੇਂ ਪੈਸਟੀਸਾਈਡ ਵਗੈਰਾ ਕੈਮੀਕਲਸ ਤੋਂ ਹਾਂਜੀ ਹਾਂ ਬਿਨਾ ਬਿਨ ਰਸਣ ਵਰਤੇ ਤਾਂ ਉਹਦੇ ਜ ਮੈਨੂੰ ਮੇਰਾ ਅਗੇ ਇੰਟਰਸਟ ਵਧਿਆ ਮੈਂ ਵਰਕਸ਼ਾਪ ਅਟੈਂਡ ਕੀਤੀਆਂ 4 ਦਿਨ ਸultanpur lohdi ਵਰਕਸ਼ਾਪ ਹੋਈ ਸੁਭਾਸ਼ ਪਾਲੇਕਰ ਜੀ ਮਂਗਾਏ ਉਹਨਾਂ ਨੇ ਉੱਥੇ ਤਾਂ ਫਿਰ ਪਤਾ ਲੱਗਾ ਕਿ ਖੇਤ ਖੇਤਾਂ ਦੇ ਵਿੱਚ ਕੁਛ ਵੀ ਪਾਉਣ ਦੀ ਲੋੜ ਨਹੀਂ ਹੈ ਮਿੱਟੀ 'ਚ ਸਭ ਕੁਝ ਮੌਜੂਦ ਆ ਧੁੱਪ ਹਵਾ 'ਚ ਸਾਰੇ ਪੌਦਿਆਂ ਦੀ ਖਰਾਕ ਆ ਤੇ ਇਹ ਜਿੰਨਾ ਇਹ ਅਸੀਂ ਪਾ ਰਹੇ ਆ ਇਹ ਅੱਗੇ ਸਾਡੇ ਸਰੀਰਾਂ 'ਚ ਆ ਰਿਹਾ ਹੈ ਵਾਤਾਵਰਣ 'ਚ ਆ ਰਿਹਾ ਪਾਣੀ 'ਚ ਵੀ ਘੁਲ ਰਿਹਾ ਖਾਦਾਂ ਪਾਣੀ 'ਚ ਘੁਲ ਰਹੀਆਂ ਤੇ ਹਵਾ 'ਚ ਘੁਲ ਰਿਹਾ ਜਿੰਨੀ ਜਦੋਂ ਕੈਮੀਕਲ ਫਾਰਮਿੰਗ ਕਰਦੇ ਆ ਤਾਂ ਸਾਡੇ ਅੱਗੇ ਦਰਖਤ ਕੱਟੇ ਜਾਂਦੇ ਆ ਵੱਡੀਆਂ ਮਸ਼ੀਨਾਂ ਖੇਤਾਂ 'ਚ ਚੱਲਦੀਆਂ ਤਾਂ ਸਾਡੀ ਪੰਜਾਬ ਦੀ ਹਵਾ ਤੇ ਵੀ ਅਸਰ ਪਾ ਰਿਹਾ ਜਿੰਨਾ ਲੰਗਜ ਦਾ ਕੈਂਸਰ ਵਗੈਰਾ ਹੋ ਰਿਹਾ ਇਹ ਸਾਡੀ ਹਵਾ ਦੀਆਂ ਅਸ਼ੁੱਧੀਆਂ ਕਰਕੇ ਹੋ ਰਿਹਾ ਪਾਣੀ ਦੇ ਵਿੱਚ ਨਾਈਟ੍ਰੇਟ ਵਧ ਗਿਆ ਪਾਣੀ ਦੇ ਵਿੱਚ ਜਰੇਨੀਅਮ ਦਾ ਵਾਧਾ ਹੋ ਗਿਆ ਤੇ ਪਾਣੀ ਸਾਡਾ ਟੋਟਲ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਉਹ ਅਸ਼ੁੱਧੀਆਂ ਇੰਨੀ ਆ ਗਈਆਂ ਤੇ ਮੁੱਕ ਵੀ ਮੁੱਕ ਵੀ ਰਿਹਾ ਇਹ ਤੇ ਪੀਣ ਯੋਗ ਨਹੀਂ ਰਿਹਾ ਤੇ ਜਿੰਨੀਆਂ ਖਾਦਾਂ ਟੋਟਲ ਹਿੰਦੁਸਤਾਨ ਦੇ ਰਕਬੇ ਤੇ ਖਾਦਾਂ ਜਿੰਨੀ ਪੈਸਟੀਸਾਈਡ ਆ ਸੌਰੀ ਫਰਟੀਲਾਈਜ਼ਰ ਡਿੱਗਦੀ ਆ ਤਉ ਉਹਦੇ ਜੋ 17% ਕੱਲੇ ਪੰਜਾਬ ਦੇ 1.5% ਰੱਖਵੇ ਤੇ ਡਿੱਗਦੀ ਆ ਉਹ ਤੇ ਉਹ ਸਾਰੇ ਉਹ ਸਾਰੇ ਇਸੇ ਤਰ੍ਹਾਂ ਇੰਪੈਸਟੀਸਾਈਡ ਦਾ ਹਾਲ ਆ ਉਹ ਸਾਰੇ ਸਾਡੇ ਵਾਤਾਵਰਣ ਵਿੱਚ ਘੁੜਦੀ ਆ ਹਵਾ ਪਾਣੀ ਵਿੱਚ ਮਿੱਟੀ ਵਿੱਚ ਮਿੱਟੀ ਦੇ ਵਿੱਚ ਜਿਹੜੇ ਇੱਕ ਇੱਕ ਚਮਚੇ ਦੇ ਵਿੱਚ ਕਹਿ ਲੋ ਤੁਸੀਂ 700 ਗ੍ਰਾਮ ਸੂਖਸ਼ਮ ਜੀਵ ਆ ਜਿਹੜੇ ਮਾਈਕਰੋਬ ਜ ਨੇ ਜਿਹੜੇ ਲਿਵਿੰਗ ਆ ਜੀ ਦਾ ਕਰਕੇ ਮਿੱਟੀ ਨੂੰ ਇੱਕ ਅਸੀਂ ਸਾਡੇ ਗੁਰੂਆਂ ਨੇ ਵੀ ਬਹੁਤ ਵੱਡਾ ਦਰਜਾ ਦਿੱਤਾ ਉਹ ਜਿਹੜੇ ਜਿੰਨਾ ਜਿੰਨਾ ਮਾਈਕਰੋਬਜਾ ਉਹ ਜਦੋਂ ਅਸੀਂ ਪੈਸਟੀਸਾਈਡ ਪਾਉਂਦੇ ਆ ਖਾਦਾਂ ਪਾਉਂਦੇ ਆ ਤਾਂ ਉਹਨਾਂ ਦੀ ਗਿਣਤੀ ਘਟਦੀ ਆ ਜਿੰਨੇ ਨਾਈਟ ਜਿੰਨੇ ਸਾਡੇ ਖਰਾਕੀ ਤੱਤ ਪਏ ਆ ਮਿੱਟੀ ਚ ਉਹ ਖਰਾਕੀ ਤੱਤਾਂ ਨੂੰ ਅਵੇਲੇਬਲ ਉਹ ਮਾਈਕਰੋਬਜ ਨੇ ਕਰਨਾ ਪਉਦਿਆਂ ਨੂੰ ਜਿਹੜੇ ਸਾਨੂੰ ਮਨੁੱਖੀ ਸਰੀਰ ਨੂੰ ਅੱਗੇ ਅਵੇਲੇਬਲ ਹੁੰਦੇ ਆ ਸਬਜ਼ੀਆਂ ਦੇ ਥਰੂ ਅਨਾਜ ਦੇ ਰਾਹੀਂ ਤੇ ਉਹ ਸਾਰੀਆਂ ਚੀਜ਼ਾਂ ਤੇ ਉਹ ਇਕੋਲੋਜੀ ਤੇ ਜਦੋਂ ਅਸੀਂ ਖਾਦਾਂ ਸਪਰੇਅ ਵਰਤਦੇ ਆ ਤਾਂ ਉਹ ਸਾਡੀ ਇਕੋਲੋਜੀ ਡੈਮੇਜ ਹੁੰਦੀ ਆ ਸਾਡੀ ਸਿਹਤ ਤੇ ਇਹ ਵੱਡਾ ਅਸਰ ਪੈਂਦਾ ਦੂਜੇ ਸਾਡੇ ਕਿਸਾਨ 1995 ਤੋਂ ਲੈ ਕੇ ਤਾਂ 2.5 ਤਿੰਨ ਲੱਖ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਹਿੰਦੁਸਤਾਨ ਚ ਹੂੰ ਉਹ ਸਾਫੀ ਇੱਕ ਫੇਮਸ ਚੀਜ਼ ਰਹੀ ਹੈ ਉੱਥੇ ਵੀ ਬਹੁਤ ਸੁਣਦੇ ਹਾਂ ਅਸੀਂ ਵੀ ਉੱਥੇ ਬਹੁਤ ਸਿਰਫ ਪੰਜਾਬ ਚ ਹੀ ਨਹੀਂ ਮਤਲਬ ਇਵਨ ਸਾਊਥ ਸਾਈਡ ਤੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕਾਫੀ ਸੁਸਾਈਡ ਹੁੰਦੇ ਨੇ ਤੇ ਕੁਝ ਆਂਧਰਾ ਚ ਆਂਧਰਾ ਚ ਵੀ ਹੋਈਆਂ ਜਿੱਥੇ ਇੰਟੈਂਸਿਵ ਐਗਰੀਕਲਚਰ ਹੋ ਰਹੀ ਆ ਉੱਥੇ ਵੀ ਕੁਝ ਇਸ ਤਰ੍ਹਾਂ ਦੇ ਯਤਨ ਹੋਏ ਆ ਤੇ ਉਹ ਜਿਹੜਾ ਉਧਰੋਂ ਕਿਸਾਨੀ ਪੱਖ ਵੀ ਇਹ ਆ ਕਿ ਕਿਸਾਨਾਂ ਦੇ ਸਰ ਕਰਜ਼ਾ ਵੀ ਚੜ ਰਿਹਾ ਦੇਖੋ ਉਹਨਾਂ ਦੀਆਂ ਜ਼ਮੀਨਾਂ ਵੀ ਵਿਕ ਰਹੀਆਂ ਤੇ ਉਧਰੋਂ ਸਾਡਾ ਸਮਾਜ ਬਿਮਾਰ ਵੀ ਹੋ ਰਿਹਾ ਕਿਉਂਕਿ ਵਾਤਾਵਰਨ ਸਾਡਾ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਸਾਡੇ ਗੁਰੂਆਂ ਦਾ ਉਪਦੇਸ਼ ਆ ਤੇ ਅਸੀਂ ਉਹਨੂੰ ਉਹਦੇ ਚ ਜਦੋਂ ਗੜਬੜ ਹੋ ਰਹੀ ਹੈ ਕੱਲੀ ਖੇਤੀ ਹੀ ਨਹੀਂ ਵੈਸੇ ਦਰਿਆ ਵੀ ਪੰਜਾਬ ਦੇ ਗੰਦੇ ਆ ਹੋਰ ਵੀ ਚੀਜ਼ਾਂ ਹੈ ਜਿਹੜੀਆਂ ਸਾਡੇ ਪੰਜਾਬ ਦੇ ਵਾਤਾਵਰਣ ਤੇ ਅਸਰ ਪਾਉਂਦੀਆਂ ਲੇਕਿਨ ਸਾਡੀ ਕੈਮੀਕਲ ਫਾਰਮਿੰਗ ਨੇ ਵੀ ਇਹਦੇ ਚ ਆਪਣਾ ਜਿਹੜਾ ਬਣਦਾ ਹਿੱਸਾ ਪਾਇਆ ਹੈ ਕਹਿ ਸਕਦੇ ਆ ਤੇ ਉਸ ਕਰਕੇ ਮੈਨੂੰ ਲੱਗਿਆ ਕਿ ਆਪਾਂ ਵੀ ਜਦੋਂ ਕੁਝ ਪਾਉਣ ਦੀ ਲੋੜ ਨਹੀਂ ਧਰਤੀ ਸਭ ਕੁਝ ਮੌਜੂਦ ਆ ਤਾਂ ਇਹਦਾ ਬਹੁਤ ਸੇਤੀ ਪੰਜਾਬ ਬਦਲ ਜਾਊਗਾ ਜਦੋਂ ਅਸੀਂ ਕਿਸਾਨਾਂ ਨੂੰ ਦੱਸਾਂਗੇ ਅੱਗੇ ਸਮਝਾਵਾਂਗੇ ਤੇ ਆਪ ਕਰਾਂਗੇ ਤਾਂ ਜਿਵੇਂ ਮੈਂ ਉਦੋਂ ਤੇ 2006-7 ਤੋਂ ਲੈ ਕੇ ਸ਼ੁਰੂ ਕੀਤੀ ਸੀ ਉਦੋਂ ਦੀ ਕੋਈ ਖੇਤਾਂ ਨੂੰ ਅੱਗੇ ਅੱਗੇ ਨਹੀਂ ਲਾਈ ਸਬਜ਼ੀਆਂ ਵੀ ਬੀਜੀਆਂ ਸਾਲ 2 ਸਾਲ ਤੇ ਕਿਉਂਕਿ ਉਹ ਫਿਰ ਇਹ ਸੀ ਕਿ ਜਿਹੜੇ ਆਪ ਵੀ ਪ੍ਰੈਕਟਿਸ ਕਰਦੇ ਹਾਂ ਮਤਲਬ ਆਰਗੈਨਿਕ ਫਾਰਮਿੰਗ ਆਪ ਵੀ ਕਰਦੇ ਹਾਂ ਤੇ ਫਿਰ ਆਪਣੇ ਆਸ-ਪਾਸ ਇਨਸਪਾਇਰ ਕਰਦੇ ਹਾਂ ਬਾਕੀ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਕਰਨ ਵਾਸਤੇ ਹਾਂ ਬਿਲਕੁਲ ਮੈਂ ਆਪ 2006 ਤੋਂ ਕਰਦਾ ਸੀ ਜਿਨੇ 8 ਏਕੜ ਦੀ ਉਹ ਖੇਤੀ ਜਿੰਨੀ ਕਿ ਮੈਂ ਕਰਦਾ ਸੀ ਉਹ ਸਾਰੀ ਉਦੋਂ ਤੋਂ ਉਸ ਤਰ੍ਹਾਂ ਹੀ ਕਰ ਰਹੇ ਹਾਂ ਇਹ ਉਹਦੇ ਚ ਲਗਭਗ ਸੈਟਿਸਫੈਕਸ਼ਨ ਹੀ ਆ ਜਿਵੇਂ ਬਾਸਮਤੀ ਵਗੈਰਾ ਵੀ ਵੇਚਦੇ ਆ ਸੀ ਕਣਕ ਵੀ ਵੇਚਦੇ ਆ ਕੋਈ ਸਬਜ਼ੀਆਂ ਤਾਂ ਪਹਿਲਾਂ ਥੋੜੀਆਂ ਵੱਡੇ ਪੱਧਰ ਤੇ ਕੀਤੀਆਂ ਸੀ ਹੁਣ ਥੋੜੇ ਘਰ ਵਾਸਤੇ ਹੁੰਦੀਆਂ ਨੇ ਕਿਉਂਕਿ ਥੋੜਾ ਜਿਹਾ ਹੁਣ ਏਜ ਦਾ ਫੈਕਟਰ ਵੀ ਹੋ ਗਿਆ ਉਹਨਾਂ ਚੀਜ਼ਾਂ ਤੇ ਸਾਡੇ ਜ਼ਿਲ੍ਹੇ ਚ ਕੁਝ ਨਵੇਂ-ਨਵੇਂ ਕਿਸਾਨ ਮੁੰਡੇ ਜਿਹੜੇ ਪੜ੍ਹੇ ਲਿਖੇ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮਾੜੀ ਹੈਪਨਿੰਗ ਹੋ ਗਈ ਕੁਈ ਮੌਤ ਹੋ ਗਈ ਕੈਂਸਰ ਹੋ ਗਿਆ ਕਿਉਂਕਿ ਕੈਂਸਰ ਤਾਂ ਸਾਡੇ ਮਾਲਵਾ ਮਾਲਵਾ ਇਲਾਕੇ ਜਿੱਦਾ ਘਰ ਘਰ ਦੀ ਕਹਾਣੀ ਆ ਇਹ ਤੇ ਉਹਨੂੰ ਜਿਵੇਂ ਫਿਰ ਡਾਕਟਰ ਯਾਦ ਸਭ ਹੋਣੀ ਸੀਗੇ ਸਾਡੇ ਨਾਲ ਹੋਰ ਵੀ ਕਾਫੀ ਡਾਕਟਰ ਨੇ ਜਿਹੜੇ ਮੈਡੀਕਲ ਲੈਨ ਦੇ ਜਿਨ੍ਹਾਂ ਨੇ ਇਹਨੂੰ ਸਿੱਧ ਕੀਤਾ ਕਿ ਇਹਦਾ ਖਾਣ ਪੀਣ ਨਾਲ ਸੰਬੰਧ ਆ ਬਾਕੀ ਸਾਡੀਆਂ ਜਿਹੜੀਆਂ ਭਾਰਤੀ ਚਿਕਿਤਸਾ ਪ੍ਰਣਾਲੀਆਂ ਨੇ ਜਿਵੇਂ ਨੇਚਰੋਪੈਥੀ ਵਗੈਰਾ ਉਹ ਵੀ ਸਾਡੇ ਫੂਡ ਨੂੰ ਮੈਡੀਸਨ ਸਮਝਦੇ ਆ ਕਿ ਫੂਡ ਇਜ਼ ਮੈਡੀਸਨ ਆ ਜੇ ਤੁਹਾਡਾ ਭੋਜਨ ਨਹੀਂ ਸਹੀ ਤਾਂ ਫਿਰ ਤੁਸੀਂ ਤੰਦਰੁਸਤ ਨਹੀਂ ਹੋ ਸਕਦੇ ਕੋਈ ਦਵਾਈ ਵੀ ਨਹੀਂ ਫਿਰ ਕੰਮ ਕਰਦੀ ਤੇ ਉਸ ਕਰਕੇ ਉਹ ਅਸੀਂ ਨੂੰ ਅੱਗੇ ਵਧਾਉਣ ਦੀ ਤਿਲਫੁਲ ਯਤਨ ਕੀਤੇ ਆ ਕੋਸ਼ਿਸ਼ ਕਰਦੇ ਪਏ ਹਾਂ ਵੇ ਤੁਸੀਂ ਦੱਸੋ ਕਿ ਇਹ ਜਿਹੜੇ ਅਸੀਂ ਨਾਰਮਲੀ ਸੁਣਦੇ ਹੁੰਦੇ ਹੁੰਨੇ ਆਂ ਵੀ ਆਰਗੈਨਿਕ ਖੇਤੀ ਹੈਗੀ ਵਧੀਆ ਹੈ ਮਤਲਬ ਕਿ ਚਲੋ ਆਪਣੇ ਸਿਹਤ ਲਈ ਵਧੀਆ ਹੈ ਸਾਰਿਆਂ ਲਈ ਵਧੀਆ ਹੈ ਪਰ ਇਹ ਨਾ ਵਾਇਬਲ ਨਹੀਂ ਹੈਗੀ ਏਦਾਂ ਕਹਿੰਦੇ ਆਂ ਸਾਰੇ ਮਤਲਬ ਕਿ ਜਿਹੜਾ ਕਿਸਾਨ ਹੈ ਵੀ ਕਿਸਾਨ ਨੂੰ ਬਹੁਤ ਮਹਿੰਗੀ ਪੈਂਦੀ ਹੈ ਤੇ ਉਹਨੂੰ ਆਪਣਾ ਆਊਟਕਮ ਉਹਨਾਂ ਨਹੀਂ ਮਿਲਦਾ ਇਹਨੂੰ ਵੇਚਣ ਤੇ ਤੇ ਤੁਸੀਂ ਉਹ ਬਰਨਾਲੇ ਚ ਕਿਵੇਂ ਸਸਟੇਨ ਕੀਤਾ ਕਿ ਜਿਹੜੇ ਕੰਜ਼ਿਊਮਰ ਨੇ ਉਹ ਉਹਨਾਂ ਨੂੰ ਮੋਟੀਵੇਟ ਕਿਵੇਂ ਕੀਤਾ ਤੇ ਉਹ ਪੂਰੀ ਵਾਇਬਿਲਿਟੀ ਫੈਕਟਰ ਕਿੱਥੋਂ ਆਉਂਦਾ ਹੈ ਕਿਸਾਨਾਂ ਦਾ ਇਹ অর্ਗੈਨਿਕ ਖੇਤੀ ਦਾ ਉੱਥੇ ਉਹ ਇਸ ਤਰ੍ਹਾਂ ਜੀ ਕੁਝ ਪੰਜਾਬ ਵੈਸੇ ਜਿਹੜੀ ਮਾਰਕੀਟਿੰਗ ਦਾ ਸਿਸਟਮ ਸਭ ਤੋਂ ਪਹਿਲਾਂ ਸਾਡੇ ਬਰਨਾਲੇ 'ਚ ਸ਼ੁਰੂ ਹੋਇਆ ਸੀ ਇੱਥੇ ਇੱਕ ਕਿਸਾਨ ਨੇ ਜਗਤਮਾਲ ਸਾਡੇ ਹਜੂਰ ਸਾਹਿਬ ਦੇ ਨਜ਼ਦੀਕ ਉਹਨਾਂ ਦਾ ਖੇਤ ਆ ਸੁਭਾਸ਼ ਸ਼ਰਮਾ ਜੀ ਉਹ ਆਏ ਸੀਗੇ ਪੰਜਾਬ ਦਾ ਟੂਰ ਕਰਨ ਬਰਨਾਲੇ ਵੀ ਉਹਨਾਂ ਨੇ ਮੀਟਿੰਗ ਰੱਖੀ ਸੀ ਅਸੀਂ ਸਬਜੀਤ ਪਾਦਕਾਂ ਨੂੰ ਇਕੱਠੇ ਕੀਤਾ ਸੀ ਕਿਉਂਕਿ ਮੈਂ ਸ਼ਹਿਰ ਵਾਸੀਆਂ ਤੋਂ ਹੀ ਸੁਣਦਾ ਸੀ ਕਿ ਹੁਣ ਸਾਨੂੰ ਇਹੀ ਜ਼ਹਿਰ ਭਰੀ ਸਬਜੀ ਖਾਣੀ ਪਊਗੀ ਹੁਣ ਤਾਂ ਉਹ ਤਾਂ ਪੁਰਾਣੇ ਜਵਾਨੇ ਦੀਆਂ ਗੱਲਾਂ ਨੇ ਪੁਰਾਣਾ ਸਾਗ ਤੇ ਪੁਰਾਣਾ ਕद्दू ਜਿਹੜਾ ਖਾਂਦੇ ਸੀ ਉਹ ਸੁਆਦ ਕਿੱਥੇ ਹੋਣ ਤਾਂ ਅਸੀਂ ਸੋਚਿਆ ਵੀ ਸੁਆ ਸੁਆ ਸ਼ਰਮਾ ਤੋਂ ਲੈਕਚਰ ਦਵਾਈਏ ਜਿਹੜੇ ਸਬਜੀਤ ਪਾਦਕ ਨੇ ਤਾਂ ਕਿ ਉਹ ਕੁਸੇ ਚੀਜ਼ਾਂ ਜ਼ਹਿਰਾਂ ਨਾ ਵਰਤਣ ਤੇ ਕੁਦਰਤੀ ਕਰਨ ਅਸੀਂ ਉਹ ਪ੍ਰੋਗਰਾਮ ਕੀਤਾ ਸ਼ਰਮਾ ਜੀ ਨੇ ਸਾਰਾ ਦਿਨ ਲੈਕਚਰ ਦਿੱਤਾ ਤੇ ਜਿਹੜੇ ਸਬਜੀਤ ਪਾਦਕ ਸੀ ਉਹਨਾਂ ਨੂੰ ਕਿਹਾ ਕਿ ਹੱਥ ਖੜੇ ਕਰੋ ਜਿਹੜੇ ਤੁਸੀਂ ਹੁਣ ਇਸ ਤਰ੍ਹਾਂ ਨੇਚਰਲ ਕਰੋਗੇ ਥੋੜਾ ਖਰਚਾ ਵੀ ਬਚ ਜਾਊਗਾ ਤੁਹਾਡੀ ਸੰਡੀਆਂ ਦਾ ਹੱਲ ਵੀ ਦੱਸਤਾ ਤੇ ਉਹ ਸ਼ਰਮਾ ਜੀ ਨੇ ਕਿਹਾ ਕਿ ਪਹਿਲਾਂ ਖੇ ਜਿਹੜੀ ਸਾਡੇ ਜ਼ਮੀਨ ਨੂੰ ਧਰਤੀ ਮਾਂ ਨੂੰ ਦੀ ਸਿਹਤ ਨੂੰ ਸਹੀ ਕਰਨਾ ਪੈਣਾ ਜਿੰਨੇ ਸਬਜੀਤ ਪਾਦਕ ਸੀ ਉਹ ਕਹਿੰਦੇ ਵੀ ਅਸੀਂ ਤਾਂ ਠੇਕੇ ਤੇ ਲੈਣੇ ਆ ਜਮੀਨਾ ਅਸੀਂ ਤਾਂ ਇੱਕ ਵਾਰੀ ਧਰਤੀ ਮਾਂ ਦੀ ਸਿਹਤ ਜਿਹੜੀ ਸਿਹਤ ਨੂੰ ਸਹੀ ਕਰਾਂਗੇ ਸੇਮੀ ਨੈਜ ਤਾਂ ਉਸ ਤੋਂ ਬਾਅਦ ਓਨਰ ਨੇ ਜ਼ਮੀਨ ਉਛੜਾ ਲੈਣੀ ਆ ਤੇ ਅਸੀਂ ਕਿਵੇਂ ਕਰ ਸਕਦੇ ਆ ਇਹ ਹੂੰ ਤਾਂ ਉਹ ਸ਼ਰਮਾ ਜੀ ਨੇ ਮੈਨੂੰ ਮੇਰੇ ਕੋਲ ਠਹਿਰੇ ਰਾਤ ਨੂੰ ਦੂਸਰੇ ਦਿਨ ਮਲੇਰ ਕੋਲ ਲੈ ਜਾਣਾ ਸੀ ਮੈਨੂੰ ਉਹਨਾਂ ਨੇ ਮੋਟੀਵੇਟ ਕੀਤਾ ਵੀ ਇੱਕ ਵਾਰੀ ਤੂੰ ਕਰ ਸਕਦੇ ਆ ਦੋ ਫਸਲਾਂ ਕਰ ਇੱਕ ਫਸਲ ਕਰ ਤਿੰਨ ਫਸਲਾਂ ਕਰ ਦੋ ਸਾਲ ਕਰ ਬੇਸਕ ਬਸਤੇ ਰਹਿ ਉਹਨਾਂ ਹੀ ਯੋਗਦਾਨਾਂ ਤਾਂ ਕਿ ਤੂੰ ਕਰਕੇ ਦਿਖਾ ਦੇ ਮੈਂ ਕਿਹਾ ਕਿ ਮੈਂ ਤਾਂ ਸਬਜ਼ੀਆਂ ਕਦੇ ਬੀਜੀਆਂ ਹੀ ਨਹੀਂ ਮੇਰਾ ਕੋਈ ਤਜਰਬਾ ਹੀ ਨਹੀਂ ਇਹ ਉਹ ਕਹਿੰਦੇ ਬਸ ਤੂੰ ਉਦੋਂ ਬਾਅਦ ਛੱਡ ਦੇ ਤੂੰ ਬਸ ਤੂੰ ਇੰਨਾ ਕਰ ਕਰਕੇ ਇੱਕ ਵਿਚਾਰ ਤੋੜਨਾ ਆਪਾਂ ਤਾਂ ਫਿਰ ਅਸੀਂ ਇੱਥੇ ਸਬਜ਼ੀਆਂ ਬੀਜੀਆਂ ਸੀ ਸਭ ਤੋਂ ਪਹਿਲਾਂ ਬਰਨਾਲੇ 'ਚ ਪੰਜਾਬ 'ਚ ਆਰਗੈਨਿਕ ਉਹ ਫਿਰ ਸਾਨੂੰ ਕੋਈ ਨਾ ਵੇਚਣ-ਬੋਚਣ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ ਪਹਿਲਾਂ-ਪਹਿਲਾਂ ਪੜਾਤਾ ਇਹ ਹੋ ਗਿਆ ਕਿ ਜਦੋਂ ਬਹੁਤ ਵਧੀਆ ਸਬਜ਼ੀਆਂ ਸੁੱਜੀਆਂ ਹੋ ਗਈਆਂ ਅਸੀਂ ਰੂੜੀ-ਰਾੜੀ ਪਾਈ ਚੰਗੀ ਤੇ ਉਹ ਅਸੀਂ ਸ਼ਹਿਰ 'ਚ ਫਿਰ ਯਤਨ ਕੀਤੇ ਕੋਸ਼ਿਸ਼ ਸੀ ਕਿ ਹੁਣ ਆਪਾਂ ਕੁਝ ਪਹਿਲਾਂ ਅਸੀਂ ਫ੍ਰੀ ਦਿੰਦੇ ਰਹੇ ਤੇ ਜਿੱਥੇ-ਜਿੱਥੇ ਵੀ ਜਾਣ-ਪਛਾਣ ਸੀ ਚਲੋ ਵੀ ਦਿਖਾਈਏ ਖਵਾ ਕੇ ਲੋਕਾਂ ਨੇ ਕਹੇ ਕਿ ਬਹੁਤ ਵਧੀਆ ਸਵਾ ਉਹ ਹੀ ਤੁਸੀਂ 15-20 ਸਾਲਾਂ ਸਾਨੂੰ ਚੀਜ਼ਾਂ ਖਵਾਤੀਆਂ ਤੇ ਫਿਰ ਉਹ ਉਸ ਹੀ ਸੋਚਿਆ ਵੀ ਕੁਝ ਮੁੰਡੇ ਸ਼ਹਿਰ ਦੇ ਸੀ ਮੇਰੇ ਨਾਲ ਜਿਹੜੇ ਵੈਸੀ ਇੱਕ ਸਮਾਜ ਸੇਵਾ ਦੇ ਤੌਰ ਤੇ ਹੈਲਪ ਕਰਦੇ ਸੀ ਉਹ ਕਹਿੰਦੇ ਵੀ ਅੰਕਲ ਹੁਣ ਆਪਾਂ ਨੂੰ ਆਪਾਂ ਵੇਚ ਗਏ ਇਹਨਾਂ ਨੂੰ ਐਨਾ ਆਪਾਂ ਫ੍ਰੀ ਕਿੰਨਾ ਕੁ ਚਿਰ ਦੇਵਾਂਗੇ ਤਾਂ ਫਿਰ ਅਸੀਂ ਥੋੜੀ ਦੁਕਾਨ ਟਾਈਪ ਲਾਉਣ ਲੱਗੇ ਬਰਨਾਲੇ 'ਚ ਉਹਦੇ 'ਚ ਫਿਰ ਮੈਂ ਸਾਡੇ ਮੋਨਜੀਤ ਜੀ ਵੀ ਉਧਰੋਂ ਸਬਜ਼ੀਆਂ ਲਿਆਉਂਦੇ ਰਹੇ ਆਪਣੇ ਮਹੌਲੀ ਵੱਲ ਤੋਂ ਹੋਰ ਵੀ ਮੁੰਡੇ ਫਿਰ ਨਵੇਂ ਰਲ ਗਏ ਉਸ ਤੋਂ ਬਾਅਦ ਫਿਰ ਹੁਣ ਸਾਰੇ ਪੰਜਾਬ 'ਚ ਇਹ ਕਿਸਾਨ ਹਟਾਂ ਸ਼ੁਰੂ ਕੀਤੀਆਂ ਨੇ ਤਾਂ ਕਿ ਇਸ ਜਿਹੜੇ ਜਿਹੜੇ ਕੁਦਰਤੀ ਖੇਤੀ ਦੇ ਕਿਸਾਨ ਨੇ ਜਿਹੜਾ ਉਹਨਾਂ ਦਾ ਉਤਪਾਦਨ ਤਾਂ ਅਸੀਂ ਉਹਨੂੰ ਥੋੜਾ ਜਿਹਾ ਵੱਧ ਮੁੱਲ ਦੇਵਾ ਸਕੀਏ ਤਾਂ ਕਿ ਉਸ ਦੇਖ ਕੇ ਦੂਜੇ ਕਿਸਾਨ ਵੀ ਇਹਦੀ ਪ੍ਰੋਮੋਸ਼ਨ ਹੋ ਸਕੇ ਕਿ ਕੁਦਰਤੀ ਖੇਤੀ ਵਾਲੇ ਵੀ ਇਸ ਤਰ੍ਹਾਂ ਆਰਨਿੰਗ ਠੀਕ ਆ ਉਹਨਾਂ ਦੀ ਤੇ ਉਹਨਾਂ ਨੂੰ ਕੁਝ ਇਨਪੁਟ ਨਹੀਂ ਬਾਹਰੋਂ ਲੈਣੀਆਂ ਪੈਂਦੀਆਂ ਤੇ ਥੋੜਾ ਜਿਹਾ ਉਹਨਾਂ ਨੂੰ ਸਕੂਨ ਵੀ ਮਿਲਦਾ ਕੁਛ ਨਾ ਕੁਛ ਉਹਨਾਂ ਦਾ ਸਤਕਾਰ ਵੀ ਕਰਦੇ ਸਿਹਰੀ ਲੋਕ ਜਾਂ ਜੋ ਵੀ ਉਹਨਾਂ ਤੋਂ ਸਤਮਾਨ ਲੈਂਦੇ ਆ ਉਸ ਚੋਂ ਨਾਲ ਦੀ ਨਾਲ ਅਸੀਂ ਅਵੇਅਰਨੈਸ ਮਹਿੰਮ ਚਲਾਈ ਅਸੀਂ ਡਾਕਟਰ ਆਮਰ ਸਿੰਘ ਯਾਦ ਹੋਣਾ ਦੇ ਪ੍ਰੋਗਰਾਮ ਬਹੁਤ ਕਰਾਇਆ ਬਰਨਾਲੇ ਕਿਉਂਕਿ ਜਦੋਂ ਇੱਕ ਡਾਕਟਰ ਬੋਲਦਾ ਇੱਕ ਚੰਗਾ ਕੁਆਲੀਫਾਈਡ ਡਾਕਟਰ ਇਹ ਗੱਲ ਕਹਿੰਦਾ ਕਿ ਆਹ ਖਾਣ ਨਾਲ ਤੁਹਾਡੀਆਂ ਬਿਮਾਰੀਆਂ ਹਟਣਗੀਆਂ ਤਾਂ ਉਹ ਇਸ ਕਰਕੇ ਅਸੀਂ ਸਾਡਾ ਕਾਫੀ ਆਧਾਰ ਆ ਬਰਨਾਲੇ ਚ ਸਾਡੇ ਨਾਲ ਕਾਫੀ ਕੰਜ਼ਿਊਮਰ ਜੁੜੇ ਹੋਏ ਆ ਹਾਲਾਂਕਿ ਅਸੀਂ ਥੋੜਾ ਜਿਹਾ 20% ਵਾਧਾ ਵੀ ਲੈਣੇ ਆ ਉਹਦੇ ਚ ਕਿਸਾਨ ਹਟ ਤੇ ਤੇ ਉਹਦੇ ਚ ਲੇਕਿਨ ਸ਼ਹਿਰ ਵਾਲੇ ਸਾਨੂੰ ਕਦੇ ਕੁਐਸਚਨ ਨਹੀਂ ਕਰਦੇ ਸਾਡੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਜੁੜੇ ਹੋਇਆ ਉਹ ਤੇ ਉਹ ਉਸ ਕਰਕੇ ਸਾਡੇ ਉਹ ਕਿਸਾਨ ਬਣ ਗਿਆ ਬਸਟ ਬਣਿਆ ਹੋਇਆ ਵਿਸ਼ਵਾਸ ਬਣਿਆ ਹੋਇਆ ਇਹ ਜਿਹੜੇ ਲੋਕ ਨੇ ਇਹ ਜਦ ਕਹਿੰਦੇ ਨੇ ਆਰਗੇਨਿਕ ਤਾਂ ਐਕਚੁਅਲੀ ਜੇ ਆਰਗੇਨਿਕ ਹੁੰਦੀ ਹੈ ਇਹਨਾਂ ਦੀ ਚੀਜ਼ ਹਨਾ ਉਹ ਤਾਂ ਉਹ ਤਾਂ ਬਹੁਤ ਜ਼ਿਆਦਾ ਮੈਨੂੰ ਲੱਗਦੀ ਹੈ ਕਿ ਤੁਹਾਡੀ ਡਿਫਰੈਂਟ ਹੈ ਉੱਥੇ ਬਨਾਲੇ ਦੇ ਵਿੱਚ ਤੇ ਜਦੋਂ ਕਈ ਵਾਰੀ ਮੁੰਡੇ ਸਬਜ਼ੀ-ਸਬਜ਼ੀ ਲੈ ਕੇ ਆਉਂਦੇ ਲੇਟ ਵੀ ਹੋ ਜਾਂਦੇ ਆ ਤਾਂ ਉਹ ਖੜੇ ਢੀਕਦੇ ਰਹਿੰਦੇ ਆ ਵੀ ਆ ਗਿਆ ਆ ਗਿਆ ਹੈ ਘਰ ਜੇ ਵਾਂਗੂ ਰਿਸ਼ਤਾ ਹੋ ਗਿਆ ਜੇ ਸਾਨੂੰ ਕਦੇ ਤੇਲ ਫੁੱਲ ਫੰਡ ਦੀ ਵੀ ਲੋੜ ਪਈ ਆ ਤਾਂ ਅਸੀਂ ਉੱਥੇ ਲਿਖ ਕੇ ਲਾ ਦਿੰਨੇ ਆ ਕਿ ਸਾਨੂੰ ਥੋੜੇ ਜਿਹਾ ਇਦਾਂ ਕਰਕੇ ਆ ਚੀਜ਼ ਦੀ ਲੋੜ ਆ ਤਾਂ ਉਹ ਸਾਨੂੰ ਬਿਨਾ ਅਸੀਂ ਮੰਗਦੇ ਨਹੀਂ ਇਹ ਨਹੀਂ ਕੋਈ ਪ੍ਰੈਸ਼ਰ ਵੀ ਨਹੀਂ ਪਾਉਂਦੇ ਉਹ ਚੀਜ਼ ਦਾ ਤੇ ਸਾਡੇ ਉਹ ਹੈਲਪ ਕਰਦੇ ਆ ਤੇ ਜਿੱਥੇ ਜਿਹੜੀ ਜਗ੍ਹਾ ਤੇ ਅਸੀਂ ਮਾਰਕੀਟਿੰਗ ਕਰਦੇ ਸੀ ਉਹ ਵੀ ਸਾਨੂੰ ਸ਼ਹਿਰ ਵਾਸੀਆਂ ਨੇ ਫ੍ਰੀ ਦਿੱਤੀ ਹੋਈ ਸੀ ਇੱਕ ਮੁੰਡਾ ਸਾਡਾ ਸਮਿਤ ਉਹ ਮੇਰੇ ਨਾਲ ਪਹਿਲਾਂ ਤੋਂ ਜੁੜਿਆ ਸੀਗਾ ਤੇ ਉਹਨੇ ਸਾਨੂੰ ਤਿੰਨ ਚਾਰ ਸਾਲ ਅਸੀਂ ਚਾਰ ਪੰਜ ਸਾਲ ਉਹਦਾ ਉਹ ਜਗ੍ਹਾ ਰੱਖੀ ਆ ਫ੍ਰੀ ਕੋਈ ਕਿਰਾਇਆ ਨਹੀਂ ਦਿੱਤਾ ਉਸ ਤੋਂ ਬਾਅਦ ਹੁਣ ਤਾਂ ਥੋੜਾ ਜਿਹਾ ਅਸੀਂ ਨਵੀਂ ਉਹ ਜਗ੍ਹਾ ਬੈਕ ਬੂਕੀ ਨਵੀਂ ਤੇ ਜਾਣਿਆ ਤੇ ਮੁੰਡੇ ਸਾਡੇ ਕਿਸਾਨ ਕਈ ਨੇ ਜਿਨ੍ਹਾਂ ਦਾ ਸਮਾਨ ਪੱਕਾ ਆਉਂਦਾ ਉਹਦੇ ਤੇ ਅਸੀਂ ਸਾਡਾ ਡਿਸਪਲਿਨ ਐਨਾ ਹਾਰਡ ਆ ਕਿ ਜਿਹੜੇ ਲਗਾਤਾਰ ਮੁੰਡੇ 3-4 ਸਾਲ ਤੋਂ ਕਰਦੇ ਆ ਤੇ ਸਾਨੂੰ ਪਤਾ ਲੱਗਦਾ ਸੀ ਉਹਦੇ ਖੇਤ ਨੂੰ ਵਿਜ਼ਿਟ ਕਰਦੇ ਆ ਕਿਉਂਕਿ ਖੇਤ ਦੇਖ ਕੇ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਇਸ ਤਰ੍ਹਾਂ ਦੀ ਗਲਤੀ ਤਾਂ ਨਹੀਂ ਐ ਨਾ ਹੀ ਕੋਈ ਬੰਦਾ ਇਸ ਤਰ੍ਹਾਂ ਦਾ ਆਉਂਦਾ ਹੀ ਐ ਇਸ ਲਾਈਨ ਤੇ ਸਮਝਾਉਨੇ ਵੀ ਆ ਕਿਸਾਨਾਂ ਨੂੰ ਕਿ ਇੱਕ ਕੱਲਾ ਕੱਲਾ ਪੈਸਾ ਮੰਨ ਕੇ ਨਾ ਆਇਓ ਕਿਹਦੇ ਜੋ ਪੈਸਾ ਜ਼ਿਆਦਾ ਮਿਲੂਗਾ ਤੇ ਮਿਲੂਗਾ ਪੈਸਾ ਵੀ ਮਿਲੂਗਾ ਪੈਸਾ ਵੀ ਸਭ ਕੁਝ ਹੋਊਗਾ ਪਰ ਕੱਲੇ ਇਹ ਇਹ ਮੰਨ ਕੇ ਨਾ ਆਇਓ ਕਿ ਪੈਸੇ ਵਾਸਤੇ ਆਉਣਾ ਉਸ ਕਰਕੇ ਸਾਡੇ ਤਾਂ ਕਿਸਾਨ ਬਹੁਤ ਹੀ ਵਧੀਆ ਨੇ ਜੀ ਬਰਨਾਲੇ ਦੇ ਰਾਈਟ ਹਾਂਜੀ ਵੈਰੀ ਨਾਈਸ ਤੇ ਸਰ ਮੈਨੂੰ ਇਹ ਦੱਸੋ ਕਿ ਤੁਸੀਂ ਨਾ ਜਿਹੜਾ ਕੇਵੀਐਮ ਨੇ ਤਾਂ ਜਿਹੜੇ ਇਸ ਤਰੀਕੇ ਦੇ ਕੋਆਪਰੇਟਿਵਸ ਨੇ ਉਹ ਬਹੁਤ ਜਗ੍ਹਾ ਤੇ ਸ਼ੁਰੂ ਕੀਤੀਆਂ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਆਈ ਥਿੰਕ ਉਹਨਾਂ ਨੇ ਸ਼ੁਰੂ ਕੀਤੀਆਂ ਸੀ ਜਦੋਂ ਇਹ ਮੁਹਿੰਮ ਚੱਲੀ ਸੀ ਉਸ ਟਾਈਮ ਤੇ ਉਹਦੇ ਜੋ ਮੋਸਟਲੀ ਸਾਰੇ ਬੰਦ-ਬੰਦ ਹੋ ਚੁੱਕੇ ਨੇ ਸਿਰਫ ਤੁਹਾਡੀ ਹੀ ਮੁੰਜੀ ਦੱਸਦਾ ਹੁੰਦਾ ਮੈਨੂੰ ਕਿ ਸਿਰਫ ਤੁਹਾਡੀ ਹੀ ਹੈ ਜਿਹੜੀ ਵੀ ਹਲੇ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਨਾਲੇ ਅੱਗੇ ਫੈਲ ਰਹੀ ਹੈ ਤੁਸੀਂ ਅੱਗੇ ਵੱਧ ਰਹੇ ਹੋ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦਾ ਕਾਰਨ ਕੀ ਹੈ ਕਿ ਤੁਸੀਂ ਉਹਨੂੰ ਚਲਾ ਪਾਏ ਠੀਕ ਤਰੀਕੇ ਨਾਲ ਇੱਥੇ ਬਰਨਾਲੇ ਦੇ ਵਿੱਚ ਜਦਕਿ ਬਾਕੀ ਜਿਹੜੇ ਡਿਸਟ੍ਰਿਕਟ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਕੋਆਪਰੇਟਿਵਸ ਨੇ ਉਹ ਬੰਦ ਹੋ ਗਈਆਂ ਉਹਦੇ ਚ ਅਬਰਵੀਤ ਵੀ ਇੱਕ ਤਾਂ ਜਿਹੜਾ ਬੰਦਾ ਕਹੂਗਾ ਕਿ ਅਸੀਂ ਆਰਗੈਨਿਕ ਚਲਾਉਣਾ ਤੇ ਅਸੀਂ ਉਹਦੇ ਚ ਮੁਲਾਜ਼ਮ ਬਿਠਾ ਦਈਏ ਤਾਂ ਮੁਲਾਜ਼ਮ ਮੁਲਾਜ਼ਮ ਨਹੀਂ ਬਿਠਾਇਆ ਉੱਥੇ ਕੰਮ ਕਰਦਾ ਜਿਹੜਾ ਅਸੀਂ ਖੁਦ ਬੈਠਾਂਗੇ ਤੇ ਅਸੀਂ ਜਿਹੜੀ ਸਾਡੇ ਨਾਲ ਸਾਂਝੀਆਂ ਤੇ ਸਾਡੇ ਨਾਲ ਗੱਲਬਾਤ ਹੋਊਗੀ ਕਿਸਾਨਾਂ ਦੀ ਅਸੀਂ ਸਿੱਖਦੇ ਹਾਂ ਤੇ ਅੱਗੇ ਉਹ ਚੀਜ਼ਾਂ ਸਾਂਝੀਆਂ ਕਰਦੇ ਹਾਂ ਕੰਜ਼ਿਊਮਰ ਨਾਲ ਜਿਹੜਾ ਇੱਕ ਮੁਲਾਜ਼ਮ ਆ ਉਹ ਤਾਂ ਇੱਕ ਤਨਖਾਹ ਦਾ ਵਾਰਾ ਬੈਠੂਗਾ ਤੇ ਉਸ ਕਰਕੇ ਕਈ ਥਾਈਂ ਤੇ ਇਸ ਕਰਕੇ ਵੀ 6:00 ਵਜੇ ਹਟਾ ਨੂੰ ਜਿਹੜੇ ਜ਼ਿਲ੍ਹਿਆਂ ਵਾਲਿਆਂ ਨੇ ਮੁਲਾਜ਼ਮ ਬਿਠਾਏ ਨੇ ਤੇ ਬਾਕੀ ਕਿਸਾਨ ਹੀ ਚਲਾ ਸਾਡੀ ਕੋਈ ਸਮੱਸਿਆ ਹੀ ਨਹੀਂ ਹੈ ਜਿੰਨੇ ਪੰਜਾਬ ਲੈਵਲ ਤੇ ਕਈ ਵਾਰੀ ਸਮੱਸਿਆਵਾਂ ਪੁੱਛੀਆਂ ਜਾਂਦੀਆਂ ਕਿ ਤੁਹਾਨੂੰ ਤੁਹਾਡੀ ਹਟ ਨੂੰ ਕੀ ਸਮੱਸਿਆ ਤਾਂ ਅਸੀਂ ਕਹਿੰਨੇ ਸਾਡੀ ਹਟ ਨੂੰ ਤਾਂ ਕੋਈ ਸਮੱਸਿਆ ਹੀ ਨਹੀਂ ਹੈ ਸਾਨੂੰ ਤਾਂ ਇੰਨਾ ਸਕੂਨ ਮਿਲਦਾ ਇੰਨਾ ਸਾਡਾ ਉਹ ਦਿਨਾਂ ਜਿਹੜਾ ਖੁਸ਼ੀ ਭਰਿਆ ਬੀਤਦਾ ਤੇ ਵੀ ਬਹੁਤ ਸਾਰੇ ਲੋਕ ਆਉਂਦੇ ਆ ਸਾਨੂੰ ਸਿਖਾ ਕੇ ਵੀ ਜਾਂਦੇ ਆ ਸਾਡੇ ਨਾਲ ਉਹ ਉਸ ਤਰ੍ਹਾਂ ਦੀ ਉਹਨਾਂ ਦੀ ਸਾਂਝਾਂ ਬੜੀਆਂ ਗੂੜੀਆਂ ਹੀ ਬਣ ਗਈਆਂ ਇੱਕ ਪਰਿਵਾਰ ਜੇ ਵਾਂਗੂ ਬਣ ਗਿਆ ਰਿਸ਼ਤਾ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਇੱਕ ਕੋਈ ਖੁਦਗਰਜੀ ਤੋਂ ਬਿਨਾਂ ਕੰਮ ਕਰਦੇ ਹੋ ਸਹੀ ਭਾਵਨਾ ਲੈ ਕੇ ਤਾਂ ਯਕੀਨ ਤਾਂ ਕੀਤਾ ਜਾਂਦਾ ਤੁਹਾਡੇ ਤੇ ਬਿਲਕੁਲ ਕੀਤਾ ਜਾਂਦਾ ਲਪੈਸ਼ਨੇਟਲੀ ਪੈਸ਼ਨੇਟਲੀ ਕਮ ਹੁੰਦਾ ਉੱਥੇ ਨਾ ਇਸ ਕਰਕੇ ਪੂਰੇ ਜੁੜੇ ਹੋਏ ਹੋ ਤੁਸੀਂ ਕੰਮ ਦੇ ਨਾਲ ਉਹ ਐਦਾਂ ਦਾ ਕੰਮ ਨਹੀਂ ਮੈਂ ਤੇ ਜਿਵੇਂ ਆਪਾਂ ਆਫਿਸ ਜਾਨੇ ਆ ਕੰਮ ਕਰਨ ਵਾਸਤੇ ਆ ਕੋਈ ਕਰਮਚਾਰੀ ਰੱਖ ਕੇ ਕੰਮ ਕਰ ਲੇ ਉਸ ਤਰੀਕੇ ਦਾ ਕੰਮ ਨਹੀਂ ਹੈ ਦਿਲੋਂ ਕੰਮ ਕਰਦੇ ਆ ਮਤਲਬ ਜੋ ਵੀ ਉੱਥੇ ਕਰਦੇ ਨੇ ਸਾਰੇ ਨਾ ਇਹ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਇਹ ਡਿਫਰੈਂਟ ਚੀਜ਼ ਹੈ ਬਾਕੀਆਂ ਨਾਲੋਂ ਹਾਂਜੀ ਤੇ ਇੱਕ ਨਾ ਸਰ ਤੁਸੀਂ ਜਿਹੜਾ ਵਿਜ਼ਿਟਸ ਵਗੈਰਾ ਕਰਦੇ ਹੋਣ ਪਿੱਛੇ ਜੇ ਮੈਂ ਦੇਖੀ ਸੀ ਫੇਸਬੁੱਕ 'ਤੇ ਮੋਸਟਾਂ ਪੋਸਟਾਂ ਮੋਂ ਜਿੰਨੇ ਪਾਈਆਂ ਸੀਗੀਆਂ ਵੀ ਤੁਸੀਂ ਗਰੁੱਪ ਲੈ ਕੇ ਇੱਥੇ ਵੀ ਆਏ ਹੋਏ ਸੀਗੇ ਸਾਂਝੀ ਮਿੱਟੀ ਤੇ ਵੀ ਆਏ ਹੋ ਫਿਰ ਤੁਸੀਂ ਉਧਰ ਦਰਸ਼ਨ ਸਿੰਘ ਜੀ ਦੇ ਫਾਰਮ ਤੇ ਵੀ ਗਏ ਹੋ ਹਨ ਤੇ ਇਹ ਵਿਜ਼ਿਟਸ ਵਗੈਰਾ ਕਰਦੇ ਹੋ ਤੁਸੀਂ ਇਹ ਕਿਹਦਾ ਕੀ ਦੀ ਸੋਚ ਹੁੰਦੀ ਹੈ ਵੀ ਇਸ ਤਰੀਕੇ ਨਾਲ ਵੀ ਤੁਸੀਂ ਐਜੂਕੇਟ ਕਰੋ ਆਪਣੇ ਜਿਹੜੇ ਪਾਰਟਿਸਪੈਂਟਸ ਨੇ ਉਹਨਾਂ ਨੂੰ ਲੈ ਕੇ ਜਾਓ ਅਲਗ-ਅਲਗ ਜਗ੍ਹਾ ਦਿਖਾਓ ਕਿ ਬਾਕੀ ਲੋਕ ਕੀ ਕਰ ਰਹੇ ਨੇ ਇਹਦੇ ਪਿੱਛੇ ਕਿਹਦਾ ਦਿਮਾਗ ਹੈ ਇਹ ਇਹ ਪਲੈਨਿੰਗ ਕੌਣ ਕਰਦਾ ਹੈ ਸਾਰੀ ਚੀਜ਼ਾਂ ਦੀ ਉਨੇ ਉਹ ਅਸੀਂ ਸਾਰੇ ਸਾਡੇ ਮੁੰਡੇ ਜਿਹੜੇ ਕਿਸਾਨ ਨੇ ਮੁੰਡਾ ਰਵੀਦੀਪ ਆ ਅੰਮ੍ਰਿਤਪਾਲ ਆ ਹੋਰ ਵੀ ਕਈ ਕਿਸਾਨ ਨੇ ਮੁੰਡੇ ਉਹ ਬੜੇ ਇੰਟੈਲੀਜੈਂਟ ਨੇ ਮਤਲਬ ਕਾਫੀ ਉਹ ਆਪਣੇ ਉਹਨਾਂ ਦਾ ਅਕੈਡੈਮਿਕ ਰਿਕਾਰਡ ਵੀ ਜਿਵੇਂ ਤੁਸੀਂ ਰਵੀਦੀਪ ਦਾ ਪੁੱਛੋ ਮੇਥੋਂ ਤਾਂ ਉਹ ਯੂਨੀਵਰਸਿਟੀ ਦਾ 골ਡ ਮੈਡਲ ਆ ਮੁੰਡਾ ਅੱਛਾ ਤਾਂ ਉਹਦੀ ਇੱਕ ਸੋਚ ਹੀ ਸੀ ਕਿ ਮੈਂ ਜਾਂ ਤਾਂ ਖੇਤੀ ਕਰੂੰਗਾ ਜਾਂ ਮੈਂ ਜਾਂ ਮੈਂ ਮਿਲਟਰੀ ਚ ਜਾਊਗਾ ਤੇ ਖੇਤੀ ਉਹਨੇ ਕੈਮੀਕਲ ਕੀਤੀ ਕੈਮੀਕਲ ਚ ਸਬਜ਼ੀਆਂ ਬੀਜੀਆਂ ਕਾਫੀ ਖਾਦਾ ਸਪਰੇਆ ਬਰਤਣੀ ਬਰਤਣੀਆਂ ਸੀ ਤਾਂ ਉਹਦੀ ਮਾਤਾ ਨੂੰ ਅੱਗੇ ਕੈਂਸਰ ਹੋ ਗਿਆ ਸੀ ਤੇ ਉਹ ਨਹੀਂ ਰਹੇ ਸੀਗੇ ਹਾਂ ਉਹ ਜਦੋਂ ਸਾਡੇ ਅਸੀਂ ਇੱਥੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਸੀ 5 ਜੂਨ ਨੂੰ ਸਾਡੇ ਪ੍ਰੋਗਰਾਮ ਤਾਂ ਆ ਗਿਆ ਆ ਗਿਆ ਰਵਿਦੀਪ ਤਾਂ ਇੰਟੈਲੀਜੈਂਟ ਸੀ ਪੜ ਕੇ ਜੱਕਦਮ ਵੀ ਉਹਨੇ ਸ਼ੁਰੂ ਕਰਤਾ ਤੇ ਡਾਕਟਰ ਯਾਦ ਦਾ ਇੱਕ ਦਿਨ ਲੈਕਚਰ ਸੁਣ ਲਿਆ ਤੇ ਉਹਨੇ ਸਾਰਾ ਆਪਣਾ ਖੇਤ ਕਨਵਰਟ ਕਰਤਾ ਇਸ ਕਰਕੇ ਉਹਦਾ ਜਿਹੜਾ ਦਿਮਾਗ ਉਹ ਹਰ ਪਾਸੇ ਹੀ ਜਿਹੜਾ ਇੰਟੈਲੀਜੈਂਟ ਹੁੰਦਾ ਤੇ ਸਾਰੇ ਪਾਸੇ ਜੋ ਠੀਕ ਚੱਲਦਾ ਫਿਰ ਤੇ ਮੁੰਡਾ ਅੰਮ੍ਰਿਤਪਾਲ ਆ ਜਵੰਦੇ ਨੇ ਕੁਝ ਉਹਨਾਂ ਦਾ ਕੁਝ ਸਾਡੇ ਕਈ ਕਿਸਾਨ ਨੇ ਜਿਨ੍ਹਾਂ ਦਾ ਸਮਾਨ ਆਉਂਦਾ ਉਹਦੇ 'ਚ ਫਿਰ ਅਸੀਂ ਇਹ ਕੀਤਾ ਵੇ ਕਿ ਅਸੀਂ 10% ਰੱਖਣਾ ਹੁੰਦਾ ਹਟ ਵਾਸਤੇ ਜਿਹੜਾ ਅਸੀਂ ਸਮਾਨ ਵੇਚਦੇ ਆ ਤਾਂ ਉਹਦੇ 'ਚ 10% ਅਸੀਂ ਕਿਸਾਨ ਹਟ ਵਾਸਤੇ ਰੱਖ ਲੈਨੇ ਆ ਉਹਦੇ 'ਚ ਅਸੀਂ ਫਿਰ ਜਿਵੇਂ ਰਸੋਈ ਦਾ ਸਮਾਨ ਆ ਜਾਂ ਗੋੜਾ ਆ ਜਾਂ ਜਿੰਨਾ ਵੀ ਸਮਾਨ ਆ ਪਹਿਲੀ ਗੱਲ ਅਸੀਂ ਉਹ ਜ਼ਿਲ੍ਹੇ ਨੂੰ ਤਰਜੀਹ ਦੇਣੀ ਆ ਅਸੀਂ ਆਪਣੇ ਜ਼ਿਲ੍ਹੇ ਦੇ ਕਿਸਾਨਾਂ ਦਾ ਵੇਚਣਾ ਪਹਿਲਾਂ ਜੇ ਸਾਡੇ ਜ਼ਿਲ੍ਹੇ ਦੇ ਕਿਸਾਨਾਂ ਕੋਲੇ ਮੰਨ ਲੋ ਗੁੜ ਨਹੀਂ ਹੈ ਤਾਂ ਅਸੀਂ ਬਾਹਰਲੇ ਸੂਬੇ ਬਾਹਰਲੇ ਜ਼ਿਲ੍ਹਿਆਂ ਦੇ ਕਿਸਾਨਾਂ ਤੋਂ ਮੰਗਾ ਲੈਣਾ ਜਿਹੜੀ ਚੀਜ਼ ਸਾਡਾ ਪੰਜਾਬ 'ਚ ਨਹੀਂ ਮਿਲਦੀ ਤਾਂ ਸਾਡੀ ਐਨ ਜੀਓ ਹੈ ਜਿਹੜੀ ਉਹ ਕੁਝ ਦੂਜੇ ਸੂਬਿਆਂ 'ਚੋਂ ਜਿਵੇਂ ਮਿਲਟ ਵਗੈਰਾ ਉਹ ਉਧਰੋਂ ਮੰਗਵਾ ਦਿੰਦੇ ਆ ਰਸੋਈ ਦਾ ਸਮਾਨ ਲਗਭਗ ਉਹਦੇ ਜੋ ਸਾਡੀ ਸੇਲ ਕਾਫੀ ਹੈ ਸਾਨੂੰ ਪੈਸੇ ਕਾਫੀ ਬਚਣ ਲੱਗ ਗਏ ਉਹਦੇ 'ਚੋਂ 10% ਨਾਲ ਹੀ ਫਿਰ ਅਸੀਂ ਕਿਸਾਨਾਂ ਤੋਂ ਲੈਣੋਂ हट ਗਏ ਉਹਦਾ ਜਿਹੜਾ ਕਿਸਾਨਾਂ ਦੀਆਂ ਸਬਜ਼ੀਆਂ ਹੀ ਵੇਚਣੀਆਂ ਉਹਦੇ 'ਚ ਅਸੀਂ ਨਹੀਂ ਲੈਂਦੇ ਫਿਰ ਉਹਨਾਂ ਤੋਂ ਤਾਂ ਉਹ ਜਿਹੜਾ ਪੈਸਾ ਬਚ ਰਿਹਾ ਫਿਰ ਉਹ ਕਿਰਾਇਆ ਤਾਂ ਸਾਡਾ ਥੋੜਾ ਹੀ ਆ ਉਹਦੇ 'ਚ ਫਿਰ ਅਸੀਂ ਇਹ ਆ ਕਿ ਟੂਰਿੰਗ ਟੂਰਿੰਗ ਕਰਵਾ ਦਈਏ ਆਪਾਂ ਨਵੇਂ ਕਿਸਾਨਾਂ ਦੀ ਕਰਵਾ ਦਈਏ ਨਾਲੇ ਜਿਨ੍ਹਾਂ ਦੇ ਖੇਤ ਅੱਗੇ ਜਿਹੜੀ ਸਕਸੈਸ ਸਟੋਰੀ ਕਹਿ ਲਓਗੇ ਜਿਨ੍ਹਾਂ ਦੇ ਖੇਤ ਸਹੀ ਨੇ ਤੇ ਉੱਥੇ ਲੈ ਜਾਓ ਨਾਲੇ ਉਹਨਾਂ ਨੂੰ ਖੁਸ਼ੀ ਮਿਲੂਗੀ ਨਾਲੇ ਸਾਡੇ ਕਿਸਾਨ ਅੱਗੇ ਸਿੱਖਣਗੇ ਉਹ ਅਸੀਂ ਉਹ ਕਿਸਾਨ ਹੱਟ 'ਚੋਂ ਪੈਸਾ ਲਾ ਕੇ ਉਹ ਟੂਰਿੰਗ ਕਰਵਾਉਨੇ ਆ ਸੇਕ ਮਹੀਨਾ ਬਾਅਦ ਅਸੀਂ ਇੱਕ ਇੱਕ ਟੂਰ ਤਾਂ ਪੱਕਾ ਹੀ ਆ ਜੇ ਵੱਧ ਕਦੇ ਦਿਮਾਗ ਚਾਹੀਦਾ ਵੱਧ ਵੀ ਹੋ ਜਾਂਦਾ ਕੋ ਉਸ ਤਰ੍ਹਾਂ ਹੈ ਨਾਈਸ ਵੈਰੀ ਨਾਈਸ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਬਰਨਾਲਾ ਸੂਬਾ ਹੈ ਨਾ ਮਤਲਬ ਇਹ ਇਹ ਸੂਬੇ ਦੇ ਦੀ ਸੋਚ ਥੋੜੀ ਡਿਫਰੈਂਟ ਹੈ ਮਤਲਬ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਅੱچھے ਪੜ੍ਹੇ ਲਿਖੇ ਨੌਜਵਾਨ ਨੇ ਜਿਹੜੇ ਉਹ ਅੱਗੇ ਲੱਗੇ ਨੇ ਉਹਨਾਂ ਨੇ ਪੜਾਈਆਂ ਕਰਕੇ ਸਮਝਿਆ ਉਹਨਾਂ ਦੇ ਦਿਮਾਗ 'ਚ ਨਾ ਗੱਲ ਬੈਠਦੀ ਹੈ ਮਤਲਬ ਜੇ ਉਹਨਾਂ ਨੇ ਅਮਰ ਡਾਕਟਰ ਅਮਰ ਆਜ਼ਾਦ ਨੇ ਤਾਂ ਜਗ੍ਹਾ ਜਗ੍ਹਾ ਲੈਕਚਰ ਦਿੱਤੇ ਹੋਣਗੇ ਪਰ ਇਸ ਰੀਜਨ ਦੇ ਵਿੱਚ ਇਦਾਂ ਦੀ ਕੀ ਚੀਜ਼ ਹੈ ਅ ਮੇਬੀ ਹੋ ਸਕਦਾ ਹੈ ਕਿ 아이 थिंक ਕੈਂਸਰ ਜ਼ਿਆਦਾ ਫੈਲਿਆ ਹੋਵੇ ਉਹਦੇ ਕਰਕੇ ਲੋਗ ਇਮੋਸ਼ਨਲੀ ਇਸ ਚੀਜ਼ ਨਾਲ ਅਟੈਚ ਨੇ ਵੀ ਹਾਂ ਵੀ ਅਸੀਂ ਬਰਬਾਦੀ ਸਹੀ ਹੈ ਇਹ ਜ਼ਹਿਰ ਕਰਕੇ ਇਸ ਕਰਕੇ ਸਾਨੂੰ ਇਹਦੇ ਅਗੇਂਸਟ ਕੁਝ ਕਰਨਾ ਚਾਹੀਦਾ ਹੈ ਇਹ ਵੀ ਹੋ ਸਕਦੀ ਹੈ ਕਿ ਸੋਚ ਤੁਹਾਨੂੰ ਕੀ ਲੱਗਦਾ ਹੈ ਕਿ ਬਰਨਾਲਾ ਰੀਜਨ ਜਿਹੜਾ ਹੈਗਾ ਇਹ ਕਿਵੇਂ ਡਿਫਰੈਂਟ ਹੈ ਬਾਕੀ ਰੀਜਨਸ ਨਾਲੋਂ ਇਸ ਚੀਜ਼ ਦੇ ਪਿੱਛੇ ਬੇਸਿਕ ਕਿਹਾ ਜਾਂਦਾ ਸਾਨੂੰ ਵੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੁਹਾਡੇ ਇਲਾਕੇ ਦਾ ਹੀ ਫਰਕ ਆ ਤੇ ਇਹ ਤੁਹਾਡੇ ਇਸ ਕਰਕੇ ਜਿਆਦਾ ਤੁਸੀਂ ਕਾਮਯਾਬ ਹੋ ਦੇਖੋ ਮੈਂ ਤਾਂ ਇਸ ਬਾਰੇ ਬਹੁਤਾ ਤਾਂ ਮੈਨੂੰ ਇਹ ਚੀਜ਼ ਬਾਰੇ ਗਿਆਨ ਨਹੀਂ ਹੈ ਕੋਈ ਇਹਨਾਂ ਗੱਲ ਤਾਂ ਹੈ ਕਿ ਸੰਕਟ ਜਿੱਥੇ ਕੋਈ ਸੇ ਚੀਜ਼ ਦਾ ਸੰਕਟ ਗਹਿਰਾ ਹੋਊਗਾ ਤਾਂ ਉਥੇ ਕੁਝ ਫਿਰ ਐਫਰਟ ਹੋਣਗੇ ਕੁਝ ਬੰਦੇ ਤਾਂ ਉਥੇ ਉਸ ਤਰ੍ਹਾਂ ਦੀ ਸੋਚ ਵਾਲੇ ਨਿਕਲਣਗੇ ਤੇ ਜਾਂ ਤਾਂ ਇਹ ਹੈ ਕਿ ਜਿਵੇਂ ਮਾਲ ਵਿੱਚ ਥੋੜਾ ਜਿਹਾ ਜਿਆਦਾ ਮਾਲ ਵਿੱਚ ਜੰਗਲਾਤ ਵੀ ਜਿਆਦਾ ਵਧਿਆ ਗਿਆ ਹਾਂ ਜੰਗਲਾਤ ਦੇ ਵਿਚ ਗੜੋੜਾ ਪਾਣੀ ਵੀ ਮਾਲਵੇ ਦਾ ਮੈਨੂੰ ਲੱਗਦਾ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਖਰਾਬ ਉਹ ਦਰਖਤ ਵੀ ਸਾਡੇ ਕਮੀ ਆ ਜਦੋਂ ਨਿਗਾਹ ਮਾਰਦੇ ਆ ਇਧਰ ਨੂੰ ਫਤੇਗੜ ਸਾਹਿਬ ਵੱਲੋਂ ਆਉਂਦੇ ਆ ਜਾਂ ਨਵਾਂ ਸ਼ਹਿਰ ਜਾਂ ਦੂਜੇ ਜ਼ਿਲ੍ਹੇ ਨੇ ਉੱਥੇ ਸ਼ਾਇਦ ਇੰਨੇ ਦਰਖਤ ਨਹੀਂ ਵੜੇਗੇ ਜਿੰਨੇ ਸਾਡੇ ਵੜੇ ਗਏ ਤੇ ਸਾਡੇ ਜ਼ਿਆਦਾ ਜਿਹੜੀ ਪੈੜੀ ਤੇ ਬੀਟ ਰੀ ਰੋਟੇਸ਼ਨ ਆ ਜਿਹੜਾ ਕੈਮੀਕਲ ਫਾਰਮਿੰਗ ਦੇ ਵਿੱਚ ਆ ਜ਼ਿਆਦਾ ਉਸ ਕਰਕੇ ਉਹਦੇ 'ਚ ਫਿਰ ਉਹ ਮਸ਼ੀਨਾਂ ਵੱਡੀਆਂ ਚੱਲਦੀਆਂ ਨੇ ਤੇ ਖੇਤ ਮੈਨੂੰ ਲੱਗਦਾ ਹੈ ਸ਼ਾਇਦ ਇਹ ਕਾਰਨ ਵੀ ਹੋਵੇ ਵੀ ਜਿੱਥੇ ਸੰਕਟਾਂ ਤਾਂ ਫਿਰ ਉੱਥੇ ਕੁਝ ਯਤਨ ਹੁੰਦੇ ਆ ਕੁਝ ਵੈਸੇ ਇਲਾਕੇ ਨੂੰ ਵੀ ਲੋਕ ਬਾਹਰੋਂ ਸਾਨੂੰ ਇੰਨਾ ਜ਼ਰੂਰ ਕਹਿੰਦੇ ਆ ਕਿ ਤੁਹਾਡਾ ਇਲਾਕਾ ਹੀ ਇਹ ਇਸ ਤਰ੍ਹਾਂ ਇੱਥੇ ਪਹਿਲਾਂ ਤੋਂ ਹੀ ਆਜ਼ਾਦੀ ਸੰਗਰਾਮੀ ਵੀ ਜਿਆਦਾ ਹੋਏ ਤੇ ਹੋਰ ਵੀ ਕਈ ਮੂਵਮੈਂਟਾਂ ਜਿਹੜੀਆਂ ਚੱਲੀਆਂ ਇਥੇ ਇਸ ਇਲਾਕੇ 'ਚ ਵੱਧਾ ਇਸ ਤਰ੍ਹਾਂ ਹੋਈਆਂ ਲੇਕਿਨ ਮੈਂ ਤਾਂ ਇਸ ਬਾਰੇ ਨਹੀਂ ਕੁਝ ਬਹੁਤਾ ਜਿਆਦਾ ਮੇਰਾ ਗਿਆਨ ਹੈ ਕਮੈਂਟ ਨਹੀਂ ਕਰੋਗੇ ਨਾ ਅੱਛਾ ਤੇ ਥੋੜਾ ਪਰਸਨਲ ਫਰੰਟ ਤੇ ਵੀ ਆਪਾਂ ਗੱਲ ਕਰਦੇ ਆਂ ਵੀ ਮੈਨੂੰ ਮੇਰੇ ਬ੍ਰਦਰ ਦੱਸ ਰਹੇ ਸੀਗੇ ਕਿ ਤੁਸੀਂ ਬਿਮਾਰ ਹੋ ਗਏ ਸੀਗੇ ਵਿੱਚ ਜੀ ਤੇ ਤੁਸੀਂ ਆਪਣੀ ਜਿਹੜੀ ਬਿਮਾਰੀ ਦਾ ਇਲਾਜ ਵੀ ਕੁਝ ਨੇਚਰਲ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਾਫੀ ਤੁਹਾਨੂੰ ਕਾਮਯਾਬੀ ਵੀ ਮਿਲੀ ਉਹ ਵੀ ਮੈਨੂੰ ਦੱਸੋ ਕਿ ਉਹ ਕੀ ਸਟੋਰੀ ਹੈਗੀ ਹੈ ਉਹ ਤਾਂ ਇਸ ਤੋਂ ਵੀ ਪੁਰਾਣੀ ਹੈ ਜੀ ਵੈਸੇ ਮੈਨੂੰ 1990 ਦੇ ਵਿੱਚ ਜਦੋਂ ਮੇਰੀ ਉਮਰ 35 ਸਾਲ ਸੀ ਤਾਂ ਮੈਨੂੰ ਅਮੀਬਿਕ ਐਬਸਸ ਹੋ ਗਿਆ ਸੀ ਨਾਲ ਹੈਪਟਾਈਟਸ ਵੀ ਹੋ ਗਿਆ ਸੀਗਾ ਤਾਂ ਉਹ ਮੈਂ ਐਲੋਪੈਥੀ ਉਹਦੇ ਸੀਐਮਸੀ ਹਸਪਤਾਲਾ ਆਪਣੇ ਲੁਧਿਆਣਾ ਜਿਹੜਾ ਉੱਥੇ ਐਡਮਿਟਰਿਆ ਸੀ ਮਹੀਨਾ ਤਿੰਨ ਕੁ ਮਹੀਨੇ ਫਿਰ ਘਰ ਰਿਆ ਫਿਰ ਵੀ ਮੈਨੂੰ ਬੁਖਾਰ ਹੁੰਦਾ ਰਿਹਾ ਲਗਾਤਾਰ ਉਹ ਉਹਨਾਂ ਨੇ ਜਿਹੜੀ ਪਾਸੀ ਡレイン ਕਰਦੇ ਰਹੇ ਲਿਵਰ ਚੋਂ ਅੱਗੇ ਫੇਰ ਮੈਂ ਮਹੀਨਾ ਕੁ ਫੇਰ ਦਾਖਲ ਰਿਆ ਫਿਰ ਉਹ ਉਹ ਕੁਝ ਠੀਕ ਹੋ ਗਿਆ ਮੇਰਾ ਬੁਖਾਰ ਤਾਂ ਟੁੱਟ ਗਿਆ ਭੁੱਖ ਭੁੱਖ ਲੱਗਣ ਲੱਗੀ ਲੇਕਿਨ ਉਹ ਹੈਪਟਾਈਟਸ ਰਿਹਾ 7 ਸਾਲ ਜਿਹੜਾ ਵਾਇਰਸ ਸੀ ਉਹ 6-7 ਸਾਲ ਰਿਹਾ ਉਹਨੇ ਸਮੇਂ ਦੇ ਦੌਰਾਨ ਹੀ ਮੈਨੂੰ ਬੀਪੀ ਦਾ ਮਰੀਜ਼ ਮਰੀਜ਼ ਕੋਸਤ ਕਰਤਾ ਜਾਨੀ ਕਿ ਸੀਐਮਸੀ ਵਾਲਿਆਂ ਨੇ ਕਿ ਤੈਨੂੰ ਇਹ ਦਵਾਈ ਖਾਣੀ ਪੈਣੀ ਆ ਤੂੰ ਬੀਪੀ ਤੇਰਾ ਜ਼ਿਆਦਾ ਥੋੜਾ ਜਿਆ ਤੇ ਮੈਂ ਉਹ ਮੈਸਜ ਕਿ ਹੁਣ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਹੋਰ ਤਾਂ ਆਪਾਂ ਕਿਸੇ ਚੀਜ਼ ਨੂੰ ਜਿਹੜੇ ਇਹੜੇ ਥੋੜੇ ਅਕੈਡੈਮਿਕ ਪੜ੍ਹਾਈ ਪੜੇ ਹੋਏ ਲੋਕ ਆ ਉਹ ਫਿਰ ਐਲੋਪੈਥੀ ਨੂੰ ਹੀ ਸਭ ਤੋਂ ਵੱਡਾ ਸਮਝਦੇ ਆ ਮੈਂ ਵੀ ਇਸ ਤਰ੍ਹਾਂ ਹੀ ਸਮਝਦਾ ਸੀ ਤੇ ਜਦੋਂ ਉਹਨਾਂ ਨੇ ਕਿਹਾ ਕਿ ਹੈਪਟਾਈਟਸ B ਦਾ ਤਾਂ ਸਾਡੇ ਕੋਲੇ ਕੋਈ ਹੱਲ ਹੈ ਨਹੀਂਗਾ ਤੇ ਵੀ ਤੂੰ ਆਪਣੇ ਪਰਿਵਾਰ ਦੇ ਵੈਕਸੀਨੇਸ਼ਨਾਂ ਕਰਵਾ ਦੇ ਤੇ ਉਹਨਾਂ ਨੂੰ ਨਾ ਹੋਵੇ ਫਿਰ ਉਸ ਸਮੇਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਤੁਸੀਂ ਹੋਰ ਵੀ ਆਲਟਰਨੇਟਿਵ ਹੈ ਵੀ ਨੇਚਰੋਪੈਥੀ ਦਾ ਕੋਈ ਟ੍ਰੀਟਮੈਂਟ ਲੈ ਲਓ ਉਸ ਉਸ ਸਮੇਂ ਫਿਰ ਮੈਂ ਨੇਚਰੋਪੈਥੀ ਲੰਬੀ ਸੀ ਤੇ ਮੈਂ ਫਾਸਟਿੰਗ ਕੀਤੀ ਸੀ ਉਦੋਂ 40 ਦਿਨ ਮੈਂ ਫਾਸਟਿੰਗ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਰਸਾਹਾਰ ਤੇ ਫਲਾਹਾਰ ਕਰ ਲਓ। ਪਾਣੀਪਤ ਕੋਲੇ ਮੈਂ ਗਿਆ ਸੀ। ਉਹ ਫਿਰ ਮੈਂ ਉਹ 40 ਦਿਨ ਕਰਨ ਤੋਂ ਬਾਅਦ ਮੇਰਾ ਬੀਪੀ ਵੀ ਨਾਰਮਲ ਹੋ ਗਿਆ, ਸਹੀ ਹੋ ਗਿਆ। ਤੇ ਉਹ ਹੈਪਟਾਈਟਸ ਵੀ ਵੀ ਸਹੀ ਹੋ ਗਿਆ। ਇਹ ਮੈਂ ਮੈਂ ਬਹੁਤ ਸੁਣਿਆ। ਇਹ ਮੈਂ ਬਹੁਤ ਸੁਣਿਆ ਹੈ ਕਿ ਜਿਹੜੀ ਫਾਸਟਿੰਗ ਹੁੰਦੀ ਹੈ ਨਾ ਉਹਨੂੰ ਕੁਝ ਪਾਰਟਿਕੂਲਰ ਟਰਮ ਵੀ ਕਹਿੰਦੇ ਨੇ ਇਹਨੂੰ। ਮੈਂ ਨਾਮ ਭੁੱਲ ਰਹੀ ਹਾਂ ਦਾ ਕਿ ਜੇ ਤੁਸੀਂ ਫਾਸਟਿੰਗ ਕਰਦੇ ਹੋ ਤੁਹਾਡੀ ਬੋਡੀ ਰੀਸੈਟ ਹੋ ਜਾਂਦੀ ਹੈ। ਰੀਸੈਟ ਹੋ ਕੇ ਜਿਵੇਂ ਆਪਾਂ ਆਪਣਾ ਫੋਨ ਰੀਸੈਟ ਕਰ ਲੀਏ ਜਾਂ ਕੋਈ ਮਸ਼ੀਨ ਨੂੰ ਰੀਸੈਟ ਕਰ ਲਈਏ ਨਾ ਵੀ ਜੋ ਵੀ ਗੜਬੜ ਹੋਈ ਵੀ ਹੁੰਦੀ ਹੈ ਫਿਰ ਉਹ ਤੁਹਾਡੀ ਰੀਸੈਟ ਹੋ ਕੇ ਠੀਕ ਹੋ ਜਾਂਦੀ ਹੈ ਤੁਹਾਡੀ ਬੋਡੀ ਨਾਰਮਲ ਤਰੀਕੇ ਨਾਲ ਕੰਮ ਕਰਨ ਲੱਗ ਜਾਂਦੀ ਹੈ ਤੇ ਤੁਸੀਂ ਤੁਹਾਡਾ ਵੀ ਐਕਸਪੀਰੀਅੰਸ ਰਿਹਾ ਹੈ ਨਾ ਕਿ ਫਾਸਟਿੰਗ ਕਰਨ ਤੋਂ ਬਾਅਦ ਫਿਰ ਤੁਸੀਂ ਤੁਹਾਡਾ ਉਹ ਜਿਹੜੀ ਪ੍ਰੋਬਲਮ ਚੱਲ ਰਹੀ ਸੀਗੀ ਉਹ ਸੋਲਵ ਹੋਈ ਹੈ ਹਾਂਜੀ ਆ ਹੁਣ ਵੀ ਮਤਲਬ ਉਸ ਸਮੇਂ ਵੀ ਹੋਈਆਂ ਮੈਨੂੰ ਜਕਾਮ ਬੜਾ ਤੰਗ ਕਰਦਾ ਸੀ ਮੈਨ ਥੋੜੀ ਬਵਾਸੀਰ ਵੀ ਹੋ ਗਈ ਸੀ ਕਿਉਂਕਿ ਲਾਈਫ ਸਟਾਈਲ ਉਸ ਤਰ੍ਹਾਂ ਦਾ ਹੀ ਸੀ ਥੋੜਾ ਜਿਹਾ ਵਜਨ-ਵਜਨ ਵੀ ਯਾਦ ਹੋਊਗਾ ਉਹ ਚੀਜ਼ਾਂ ਸਾਰੀਆਂ ਹੀ ਠੀਕ ਹੋ ਗਈਆਂ ਮੇਰੀਆਂ ਉਸ ਤੋਂ ਬਾਅਦ ਫੇਰ ਵੀ ਉਦੋਂ ਉਮਰ ਹੀ ਸੀ ਫੇਰ ਥੋੜੀ ਜਿਹੀ ਗੜਬੜ ਗੜਬੜ ਵਾਲਾ ਉਵੇਂ ਹੀ ਖਾਣ ਪੀਣ ਉਸ ਤਰ੍ਹਾਂ ਦਾ ਹੀ ਕਰ ਕਰ ਲਿਆ ਫੇਰ ਕੁਛ ਨਾ ਕੁਛ ਥੋੜੀਆਂ ਜਿਹੀ ਹੋ ਗਈਆਂ ਹੁਣ ਜਦੋਂ ਐ ਹੁੰਦਾ ਕਿ ਥੋੜਾ ਬਹੁਤ ਆ ਵੀ ਗਲਤ ਹੁੰਦਾ ਤਾਂ ਫੇਰ ਉਹਨੂੰ ਠੀਕ ਕਰ ਲਈਦਾ ਤੇ ਬਾਕੀ ਉਹ ਹੁਣ ਤਾਂ ਇਹ ਕਹਿ ਰਿਹਾ ਕਿ ਕੋਈ ਡਾਕਟਰ ਬੋਲ ਰਿਹਾ ਸੀ 2016 ਦੇ ਵਿੱਚ ਸ਼ਾਇਦ ਕਿਸੇ ਨੂੰ ਨੋਵਲ ਪ੍ਰਾਈਜ਼ ਮਿਲਿਆ ਕਿ ਫਾਸਟਿੰਗ ਕਿੱਲੇ ਜਿਦਾ ਕੈਂਸਰ ਇਸ ਗੱਲ ਤੇ ਹੀ ਤਾਂ ਸਾਡੇ ਤਾਂ ਫਿਰ ਸਾਡੇ ਤਾਂ ਵਰਤ ਵਰਤ ਪਹਿਲਾਂ ਤੋਂ ਹੀ ਇਹ ਚੱਲ ਰਹੇ ਸੀਗੇ ਤੇ ਉਹਦੇ ਨਾਲ ਕਾਫੀ ਆਪਣੇ ਕਲਚਰ ਚ ਤਾਂ ਪਹਿਲਾਂ ਤੋਂ ਨੇ ਹਨਾ ਜਿਹੜਾ ਨਹੀਂ ਦਿੰਦੇ ਆਪਾਂ ਪਹਿਲਾਂ ਹਾਂ ਹਾਂ ਜਾਂ ਜਿਵੇਂ ਧੁੱਪ ਬਾਰੇ ਪੜਿਆ-ਪੜਿਆ ਵੀ ਧੁੱਪ ਨਾਲ ਵੀ 20-30% ਤਾਂ ਧੁੱਪ ਨਾਲ ਹੀ ਸਿਹਤ ਮਿਲ ਜਾਂਦੀ ਆ ਤੇ ਕੁਝ ਹਵਾ ਪਾਣੀ ਨਾਲ ਮਿਲ ਜਾਂਦੀ ਆ ਤੇ ਕੁਝ ਫੂਡ ਨਾਲ ਫੂਡ ਨਾਲ ਤਾਂ ਹੈ ਹੀ ਉਸ ਤਰ੍ਹਾਂ ਉਹ ਜਿਵੇਂ ਤੁਸੀਂ ਆਰਗੇਨਿਕ ਆਰਗੇਨਿਕ ਖੇਤੀ ਨਾਲ ਜੁੜਦੇ ਹੋ ਤੇ ਨਾਲੇ ਚੀਜ਼ਾਂ ਵੀ ਫਿਰ ਦਰਵਾਜ਼ੇ ਖੁੱਲਦੇ ਜਾਂਦੇ ਨੇ ਅੱਗੇ ਹਨਾ ਬੀਬੀ ਫਿਰ ਬੰਦਾ ਨੇਚਰੋਪੈਥੀ ਨਾਲ ਜੁੜ ਜਾਂਦਾ ਹੈ ਨੇਚਰ ਦੇ ਉੱਤੇ ਬਿਲੀਵ ਕਰਨਾ ਸਟਾਰਟ ਕਰ ਦਿੰਨੇ ਆਪਾਂ ਤੇ ਫਿਰ ਆਪਾਂ ਥੋੜੇ ਸਹਿਜ ਹੋ ਜਾਂਦੇ ਆ ਤੇ ਸਹਿਜ ਹੋਣ ਦੇ ਵਿੱਚ ਹੀ ਬਹੁਤ ਸਾਰੇ ਸੋਲੂਸ਼ਨ ਜਿੱਤੇ ਤੱਕ ਮੈਨੂੰ ਲੱਗਦਾ ਹੈ ਉੱਥੇ ਹੀ ਨੇ ਸਾਰੇ ਸੋਲੂਸ਼ਨ ਹਾਂਜੀ ਪਹਿਲਾਂ ਤਾਂ ਵੈਸੇ ਮੇਰਾ ਨੇਚਰੋਪੈਥੀੜਾ ਤਾਂ ਯਾਰ ਬਹੁਤ ਪੁਰਾਣਾ ਸੀ ਕੁਦਰਤੀ ਜਿਹੜੀ ਨੇਚਰਲ ਫਾਰਮਿੰਗ ਵਾਲੇ ਲੋਕਾਂ ਨੂੰ ਮੈਂ ਇਹ ਗੱਲ ਕਹਿੰਦਾ ਹੁੰਦਾ ਥੋੜੀ ਬਹੁਤੀ ਉਹ ਉਹਨਾਂ ਨੇ ਇਹ ਤਾਂ ਘੱਟ ਸੁਣਦੇ ਸੀ ਸਾਡੇ ਸੰਚਾਲਕ ਵੀ ਤੇ ਕਿਸਾਨ ਵੀ ਕਹਿ ਲਓ ਇਸ ਤਰ੍ਹਾਂ ਦੀ ਪਰ ਫਿਰ ਜਦੋਂ ਆ ਥੋੜਾ ਜਿਹਾ ਕਰੋਨਾ ਵਾਲਾ ਸਿਸਟਮ ਆਇਆ ਤਾਂ ਜਾਂ ਉਸ ਤੋਂ ਪਹਿਲਾਂ ਡਾਕਟਰ ਯਾਦ ਸਾਹਿਬ ਹੁਣ ਵੀ ਕਿਉਂਕਿ ਡਾਕਟਰ ਯਾਦ ਸਾਹਿਬ ਹੁਣੇ ਸਾਰੀ ਉਮਰ ਸਟੂਡੈਂਟ ਬਣੇ ਰਹੇ ਉਹ ਵੀ ਪ੍ਰਭਾਵਿਤ ਹੋ ਗਏ ਨੇਚਰੋਪੈਥੀ ਤੋਂ ਤੇ ਉਹ ਵੀ ਇਹ ਚੀਜ਼ਾਂ ਕਹਿਣ ਲੱਗੇ ਤੇ ਵੀ ਇਹ ਚੀਜ਼ਾਂ ਜਿਹੜੀਆਂ ਅਸੀਂ ਜਿਵੇਂ ਇੱਕ ਐਗਜ਼ੈਂਪਲ ਹੀ ਹੈ ਮੰਨ ਲਓ ਤੁਸੀਂ ਹਲਦੀ ਆ ਵੀ ਹਲਦੀ ਬਹੁਤ ਵੱਡੀ ਸਾਡੀ ਇੱਕ ਦਵਾਈ ਆ ਐਂਟੀਬਾਇਓਟਿਕ ਵੀ ਆ ਮੈਂ ਇਹਨੂੰ ਬਹੁਤ ਤਕੜਾ ਕਰਦੀ ਆ ਉਸ ਤਰ੍ਹਾਂ ਅੱਗੇ ਫਿਰ ਆ ਕਰੋਨਾ ਵਾਲਾ ਆ ਗਿਆ ਤੇ ਫਿਰ ਉਹ ਸਾਰਾ ਗੱਲ ਹੀ ਇਮਿਊਨਿਟੀ ਤੇ ਆ ਗਈ ਇਮਿਊਨਿਟੀ ਸਾਡੀ ਵਧਣੀ ਇਸ ਚੀਜ਼ ਨਾਲ ਹੀ ਆ ਸਾਡੀ ਫੂਡ ਨਾਲ ਹੀ ਆ ਜਾਂ ਧੁੱਪ ਨਾਲ ਆ ਜਾਂ ਆਬੋ ਹਵਾ ਨਾਲ ਆ ਤੇ ਉਸ ਕਰਕੇ ਫਿਰ ਸਾਰੇ ਸਾਰੇ ਪ੍ਰਭਾਵਿਤ ਹੋ ਗਏ ਹੁਣ ਹਾਂ ਤੇ ਹੌਲੀ ਹੌਲੀ ਇਹ ਅੱਛੀ ਗੱਲ ਹੈ ਵੈਸੇ ਤਾਂ ਵਧੀਆ ਗੱਲ ਹੈ ਕਿ ਆਪਾਂ ਨੇਚਰਵਲ ਕਿਤੇ ਨਾ ਕਿਤੇ ਹੌਲੀ ਹੌਲੀ ਦੀ ਜਿਨ੍ਹਾਂ ਨੂੰ ਸਮਝ ਆਂਦੀ ਜਾ ਰਹੀ ਹੈ ਏਟਲੀਸਟ ਉਹ ਵਰਗ ਤਾਂ ਉਹ ਉਹ ਉਸ ਸਾਈਡ ਨੂੰ ਜਾ ਰਿਹਾ ਹੈਗਾ ਹਨ ਪਰ ਫਿਰ ਵੀ ਬਹੁਤ ਜ਼ਿਆਦਾ ਜਨਸੰਖਿਆ ਜਿਹੜੀ ਹੈਗੀ ਆਪਣੀ ਉਹ ਹਜੇ ਵੀ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਦੀ ਜਿਹੜੀ ਤਰੱਕੀ ਡਿਫਾਈਨ ਹੁੰਦੀ ਹੈ ਬੜੇ ਡਿਫਰੈਂਟ ਤਰੀਕੇ ਨਾਲ ਤਰੱਕੀ ਨੂੰ ਡਿਫਾਈਨ ਕੀਤਾ ਜਾਂਦਾ ਹੈ ਹਨ ਤੇ ਆਪਾਂ ਬਸ ਹੋਪ ਕਰ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਸਾਰਿਆਂ ਨੂੰ ਇਸ ਚੀਜ਼ ਦੇ ਬਾਰੇ ਸਮਝ ਆਵੇ ਤੇ ਆਪਾਂ ਉਹਨੂੰ ਯੂਟਿਲਾਈਜ਼ ਕਰ ਸਕੀਏ ਤੇ ਸਰ ਇੱਕ ਹੋਰ ਚੀਜ਼ ਮੈਨੂੰ ਦੱਸੀ ਇਹਨੇ ਮੋਨਜੀਤ ਨੇ ਕਿ ਤੁਸੀਂ ਤੇ ਤੁਹਾਡੇ ਵਾਈਫ ਕਿਤੇ ਜਾਣੇ ਹੋ ਮੋਰਨੀ ਦੇ ਵਿੱਚ ਜਾਣੇ ਹੋ ਘੁੰਮਣ ਤੇ ਤੁਸੀਂ ਕੁਝ ਟਾਈਮ ਉੱਥੇ ਸਮਾਂ ਸਮਾਂ ਬਤਾ ਕੇ ਆਨੇ ਹੁੰਨੇ ਹੋ ਉੱਥੋਂ ਉੱਥੇ ਤੁਸੀਂ ਛੁੱਟੀਆਂ ਛਟੀਆਂ ਕੱਟ ਕੇ ਆਨੇ ਹੁੰਨੇ ਹੋ ਤੇ ਇਹਦੇ ਪਿੱਛੇ ਕੀ ਕਨਸੈਪਟ ਹੈ ਤੁਸੀਂ ਤੁਹਾਨੂੰ ਉੱਥੇ ਜਾਣਾ ਕਿਉਂ ਪਸੰਦ ਹੈ ਤੇ ਤੁਸੀਂ ਕੀ ਕਰਦੇ ਹੋ ਮੋਰਨੀ ਜਾ ਕੇ ਕੋਇਆ ਪ੍ਰਵਜੀਤ ਮੇਰੀ ਵਾਈਫ ਨੂੰ ਵੀ ਹੋ ਗਿਆ ਸੀਗਾ ਨਾ ਇੱਕ ਟਾਕਾ ਜਿਹਾ ਸੁਨੌਂ ਦੇ ਡੀਜੀਜ ਆ ਜਪਾਨੀ ਨੌ ਆ ਕੋਈ ਇਹ ਪੀਜੀਆਈ ਵਾਲਿਆਂ ਨੇ ਡਾਇਗਨੋਸ ਕੀਤਾ ਸੀ ਤੇ ਕਾਫੀ ਚਿੰਤਿਤ ਚਿੰਤਿਤ ਸੀ ਇਹ ਵੀ ਇਹਨੂੰ ਤੁਸੀਂ ਹਸਤਾਲ ਆਉਣਾ ਤੇ ਆਹਹਾ ਟੈਸਟ ਕਰਨਿਆਂ ਫਿਰ ਅਸੀਂ ਬੰਬਈ ਵੀ ਦਿਖਾਇਆ ਉਹ ਡਾਕਟਰਾਂ ਨੇ ਕਿਹਾ ਕਿ ਸਟੀਰਾਈਡ ਸ਼ੁਰੂ ਕਰ ਲੋ ਫਿਰ ਸਟੀਰਾਈਡ ਤਾਂ ਸ਼ੁਰੂ ਨਹੀਂ ਕਰੀਏ ਟੀਚਰ ਸੀਗੇ ਮੈਂ ਇਹਨਾਂ ਨੂੰ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਥੋੜਾ ਖਾਣ ਪੀਣ ਨੂੰ ਜ਼ਿਆਦਾ ਸੁੱਧ ਕਰੋ ਤੇ ਵੀ ਇਹ ਇਹਦੇ ਨਾਲ ਬਹੁਤ ਕੰਟਰੋਲ ਰਹੂਗਾ ਸੇਫ ਰਹੋਗੇ ਤੁਸੀਂ ਤੇ ਕੁਛ ਨਾ ਕੁਛ ਮੈਂ ਇਹਨਾਂ ਨੂੰ ਉਧਰ ਨੂੰ ਲਾਇਆ ਫਿਰ ਇਹ ਮੈਂ ਇਹ ਰਿਟਾਇਰ ਹੋ ਗਏ ਤੇ ਮੈਂ ਜਿਆਦਾ ਇਹਨਾਂ ਨੂੰ ਹੋਰ ਪੜਨ ਲਾਤਾ ਤਾਂ ਫਿਰ ਇਹਨਾਂ ਨੇ ਨੇਚਰੋਪੈਥੀ ਦਾ ਡਿਪਲੋਮਾ ਵੀ ਕੀਤਾ ਰਿਟਾਇਰ ਹੋਣ ਤੋਂ ਬਾਅਦ ਤੇ ਇੱਥੇ ਗਾਂਧੀ ਸਮਾਰਕ ਭਵਨ ਵਾਲੇ ਕਰਾਉਂਦੇ ਆ 16 ਸੈਕਟਰ ਵਾਲੇ ਤੇ ਫਿਰ ਇਹ ਥੋੜਾ ਜਿਹਾ ਮੈਂਟਲੀ ਇਹ ਵੀ ਪ੍ਰਿਪੇਅਰ ਹੋ ਗਏ ਤੇ ਇਹਨਾਂ ਦਾ ਉਹ ਬਿਮਾਰੀ ਵੀ ਸੇਫ ਹੋ ਗਈ ਤੇ ਪੀਜੀਆਈ ਵਾਲਿਆਂ ਨੇ ਵੀ ਕਹਿਤਾ ਤੁਹਾਨੂੰ ਹੁਣ ਕੋਈ ਖਤਰਾ ਨਹੀਂ ਹੈ ਨੇ ਇੱਥੇ ਆ ਗਈ ਤੁਹਾਡੀ ਉਮਰ ਦੀ ਸਟੇਜ ਉਹ ਫਿਰ ਉਹ ਸਾਰੀਆਂ ਚੀਜ਼ਾਂ ਸਿੱਖੀਆਂ ਕਰਕੇ ਸਾਨੂੰ ਏਦਾਂ ਲੱਗਦਾ ਕਿ ਇਹਨਾਂ ਦੀ ਬਿਮਾਰੀ ਵੀ ਬੜੀ ਇੱਕ ਸੀਰੀਅਸ ਬਿਮਾਰੀ ਕਹਿ ਲੋ ਤੇ ਉਹ ਲੱਗਦਾ ਕਿ ਪਾਣੀ ਸਾਡੇ ਜਿਵੇਂ ਸਾਡੇ ਪੰਜਾਬ ਦਾ ਪਾਣੀ ਆ ਜਾਂ ਖਾਸ ਕਰਕੇ ਸਾਡੇ ਇਲਾਕੇ ਦਾ ਪਾਣੀ ਆ ਪਾਣੀ ਸੁਧ ਨਹੀਂ ਹੈ ਜੇ ਆਪਾਂ ਆਰਓ ਆਰਓ ਵਾਲਾ ਪੀਂਦੇ ਆ ਤਾਂ ਉਹ ਡੈੱਡ ਵਾਟਰ ਆ ਉਹਦੇ ਵਿੱਚ ਕੋਈ ਵਿਟਾਮਿਨ ਮਿਨਰਲਸ ਨਹੀਂ ਹੈ ਕੋਈ ਤਾਕਤ ਨਹੀਂ ਹੈ ਉਸ ਕਰਕੇ ਫਿਰ ਜਦੋਂ ਬਿਹਲੇ ਉਈਦਾ ਤਾਂ ਪਹਾੜੀ ਏਰੀਆ ਇਹ ਕੋਈ ਸਸਤਾ ਹੀ ਆ ਉਥੇ ਲੋਕ ਬੜੇ ਚੰਗੇ ਆ ਚਸਮਿਆਂ ਦਾ ਪਾਣੀ ਆ ਹਵਾ ਸੁੱਧਾ ਤੇ ਆਟਾ-ਉਟਾ ਉਥੇ ਨਾਲ ਲੈ ਜਾਈਦਾ ਘਰ ਤੋਂ ਉਸ ਕਰਕੇ ਉਹ ਵਧੀਆ ਲੱਗਦਾ ਕਿ ਸਿਹਤ ਵਾਸਤੇ ਵਧੀਆ ਰਹਿੰਦਾ ਤੇ ਉਹ ਸਾਰੇ ਉਥੇ ਲੋਕਾਂ ਨਾਲ ਜਾਣ ਪਛਾਣ ਬੜੇ ਪਿਆਰੇ ਜਿਹੇ ਲੋਕ ਆ ਉਹ ਪਹਾੜੀ ਤੇ ਉਸ ਕਰਕੇ ਉਥੇ ਸਕੂਨ ਮਿਲਦਾ ਵਧੀਆ ਬਹੁਤ ਹੀ ਦੂਰ ਵੀ ਹੈ ਨਹੀਂ ਉਹ ਫਿਰ ਉਧਰ ਜਦੋਂ ਟਾਈਮ ਹੁੰਦਾ ਉਧਰ ਚਲੇ ਜਾਈਦਾ ਉਹਨਾਂ ਦਾ ਉਹਨਾਂ ਦਾ ਰਹਿਣ ਸਹਿਣ ਜਿਹੜੇ ਪਹਾੜੀ ਜਿਹਦਾਂ ਦੀ ਗੱਲ ਕਰਦੇ ਹਾਂ ਤੁਸੀਂ ਇੱਥੇ ਮੋਰਨੀ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਤੁਹਾਨੂੰ ਆਪਣੇ ਜਿਹੜੇ ਪੰਜਾਬੀਆਂ ਦਾ ਰਹਿਣ ਸਹਿਣ ਤੋਂ ਕਾਫੀ ਡਿਫਰੈਂਟ ਲੱਗਦਾ ਹੈ ਮਤਲਬ ਕਿ ਜ਼ਿਆਦਾ ਉਹ ਸਹਿਸ ਤਰੀਕੇ ਨਾਲ ਰਹਿੰਦੇ ਨੇ ਆਪਣੇ ਪੰਜਾਬੀਆਂ ਤੋਂ ਕਿ ਤੁਹਾਨੂੰ ਐਦਾਂ ਦਾ ਨਹੀਂ ਲੱਗਿਆ ਡਿਫਰੈਂਸ ਉਹ ਜਿਵੇਂ ਜਿੰਨਾ ਅਸੀਂ ਅੰਦਰ ਤੱਕ ਜਾਈ-ਜਾਈਏ ਉਹਨਾਂ ਦੇ ਜਿਹੜੇ ਤਾਂ ਮੇਨ ਮੇਨ ਸੜਕਾਂ ਤੇ ਆ ਥੋੜਾ ਫਰਕ ਆ ਅੱਗੇ ਨੂੰ ਜਾਈਏ ਅੱਗੇ ਨੂੰ ਜਾਈਏ ਨਦੀ ਟੱਪ ਕੇ ਜਾਈਏ ਜਿਹੜੇ ਤੁਰ ਕੇ ਜਾਂਦੇ ਆ ਲੋਕ ਬੱਚੇ ਤਾਂ ਉਹਨਾਂ ਦੇ ਵੀ ਪੜ੍ਹਨਾ ਆਉਂਦੇ ਆ ਸਕੂਲਾਂ 'ਚ ਪੜ੍ਹਨਾ ਆਉਂਦੇ ਆ ਬੱਚੇ ਕਾਫੀ ਤੇ ਉਹ ਇੱਕ ਤਾਂ ਉਹਨਾਂ ਨੇ ਇਹ ਦੇਖਿਆ ਕਿ ਉਸ ਲੇਡੀਆਂ ਸਾਰੀਆਂ ਕੰਮ ਕਰਦੀਆਂ ਉਹਨਾਂ ਨੇ ਜਿਵੇਂ ਪਸ਼ੂਆਂ ਵਾਸਤੇ ਘਾਹ ਘਾਹ ਕੁ ਲਿਆਉਣਾ ਜੰਗਲਾਂ 'ਚੋਂ ਸਾਰੀਆਂ ਕੁੜੀਆਂ ਕੁੜੀਆਂ ਬੁੜੀਆਂ ਸਭ ਉਹ ਲਿਆਉਂਦੀਆਂ ਨੇ ਖੇਤ ਦਾ ਕੰਮ ਵੀ ਕਰਦੀਆਂ ਨੇ ਉਹ ਪਸ਼ੂ-ਪਸ਼ੂਆਂ ਨੂੰ ਸੰਭਾਲ ਕਰਨਾ ਹੋਰ ਕਰਨਾ ਉਹ ਕਰਦੀਆਂ ਅੱਗੇ ਪੜ੍ਹਦੀਆਂ ਵੀ ਨੇ ਹਾਂਜੀ ਨੇ ਉਹ ਸਾਰਾ ਕੁਝ ਉਹ ਉਹ ਚੀਜ਼ ਦਾ ਥੋੜਾ ਜਿਹਾ ਫਰਕ ਲੱਗਿਆ ਤੇ ਮੱਕੀ ਉੱਥੇ ਕੋਈ ਇਸ ਤਰ੍ਹਾਂ ਦੇ ਹੋਰ ਕੋਈ ਕ੍ਰਾਈਮ ਨਹੀਂ ਹੈ ਕੋਈ ਖੋਖੰਜ ਨਹੀਂ ਹੈ ਅੱਛੇ ਲੋਕ ਆ ਮਤਲਬ ਪਿਆਰੇ ਲੋਕ ਲੱਗੇ ਆ ਯਾਨੀ ਕਿ ਸ਼ਾਂਤੀ ਜਗ੍ਹਾ ਹੈ ਹਾਂਜੀ ਹਾਂ ਸ਼ਾਂਤੀ ਜਗ੍ਹਾ ਹੈ ਨਾ ਸ਼ਾਂਤੀ ਜਗ੍ਹਾ ਹਾਂ ਤੇ ਤੁਹਾਡੇ ਤੁਹਾਡੇ ਬੱਚੇ ਵੀ ਮੈਨੂੰ ਲੱਗਦਾ ਇੱਕਦਰ ਇੱਥੇ ਰਹਿੰਦੇ ਨੇ ਮਹਾਲੀ ਵਿੱਚ ਰਹਿੰਦੇ ਨੇ ਤੇ ਇੱਕ ਤੁਹਾਡੇ ਬੱਚੇ ਦੋ ਨੇ ਨਾ ਜਿੱਥੇ ਤੱਕ ਮੈਨੂੰ ਪਤਾ ਹਾਂਜੀ 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 ਬੱਚੇ ਤਿੰਨ ਆ ਮੇਰੇ ਵੱਡੀ ਲੜਕੀ ਆ ਜੀ ਵੱਡੀ ਬੇਟੀ ਕਿੱਥੇ ਸੈਟਲ ਨੇ ਤੁਹਾਡੇ ਇੱਥੇ ਤੁਹਾਡੇ ਆਸ-ਪਾਸ ਹੀ ਸੈਟਲ ਨੇ ਕਿ ਆ ਸਾਡੇ ਆ ਛੋਟਾ ਲੜਕਾ ਤਾਂ ਮੋਹਨਜੀ ਦੇ ਨੇੜੇ ਆ ਤੇ ਉਹ ਐਂ ਕੰਟੈਕਟ ਅਫਸਰ ਆਗਾ ਇਸ ਟਾਈਮ ਉਹਦੀ ਪੋਸਟਿੰਗ ਸੋਲਣਾ ਜਦੋਂ ਪ੍ਰੋਮੋਸ਼ਨ ਹੋਈ ਨਾ ਉਹਨੂੰ ਇੱਕ ਵਾਰੀ ਚੰਡੀਗੜ੍ਹ ਛੱਡਣਾ ਪੈਂਦਾ ਹਾਂਜੀ ਤੇ ਉਹ ਕਹਿੰਦਾ ਸੀ ਡੇੜੀ ਵੀ ਮੈਨੂੰ ਚੰਡੀਗੜ੍ਹ ਤੋਂ ਤਾਂ ਛੱਡਣਾ ਪਊ ਵੀ ਇਹ ਸੋਲਣ ਨੂੰ ਹਿਮਾਚਲ ਨੂੰ ਥੋੜਾ ਜਿਹਾ ਵੀ ਔਖਾ ਸਟੇਸ਼ਨ ਗਿਣਦੇ ਆ ਵੀ ਉਧਰੋਂ ਹਰੇਕ ਯਾਦ ਯਾਰ ਉਹ ਵੀ ਮੇਰੀ ਸਲਾਹ ਸੀ ਕਿ ਤੂੰ ਹਿਮਾਚਲੀ ਲੈ ਤੇ ਤੂੰ ਸੋਲਣ ਹੀ ਰਹੇਗਾ ਤਾਂ ਵਧੀਆ ਤੇ ਮੈਨੂੰ ਐ ਸੀ ਕਿ ਉਥੋਂ ਦੀ ਹਵਾ ਸੁੱਧਾ ਪਾਣੀ ਸੁੱਧਾ ਜੇ ਉਹ ਮੈਨੂੰ ਹੁਣ ਅਸੀਂ ਕੱਲ ਵੀ ਉਹਦੇ ਕੋਲ ਹੀ ਸੀ ਉਹ ਖਾਣ ਪੀਣ ਵੀ ਉਹਨੇ ਉਸ ਤਰ੍ਹਾਂ ਥੋੜੇ ਬਹੁਤੇ ਤਾਂ ਬੱਚੇ ਪ੍ਰਭਾਵਿਤ ਹੁੰਦੇ ਆ ਚਾਹੇ ਨਵਾਂ ਸਟਾਈਲ ਹੁੰਦਾ ਉਹਨਾਂ ਦਾ ਪ੍ਰਭਾਵਿਤ ਹੁੰਦੇ ਨੇ ਉਹ ਸਵੇਰ ਤੋਂ ਲੈ ਕੇ ਸਵੇਰੇ ਵੀ ਉਹਨੇ ਸੇਬ ਹੀ ਖਾਦਾ ਇੱਕ ਦੁਪਹਿਰੇ ਵੀ ਸਪਰਾਉਟ ਵਗੈਰਾ ਖਾ ਕੇ ਸ਼ਾਮ ਨੂੰ ਫੁਲਕਾ ਖਾਦਾ ਤੇ ਘਰੇ ਅੱਛਾ ਘਰੇ ਹਾਰਾ ਰੱਖਿਆ ਹੋਇਆ ਮੈਂ ਦੇਖਿਆ ਤੇ ਮੈਂ ਕਿਹਾ ਬਹੁਤ ਵਧੀਆ ਲੱਗਿਆ ਮੈਨੂੰ ਇਹ ਪ੍ਰਭਾਵਿਤ ਹੁੰਦਾ ਹੀ ਆ ਕੁਛ ਨਾ ਕੁਛ ਤਾਂ ਤੇ ਬੇਟੀ ਆ ਉਹ ਵੀ ਪਰ ਬਾਕੀ ਬੱਚੇ ਤੁਹਾਡੇ ਕਿਥੇ ਆ ਹੋਰ ਬੇਟੀ ਬੋਂਬੇ ਆ ਮੇਰੀ ਉਹ ਵੀ ਪ੍ਰਭਾਵਤਾ ਹਾਂਜੀ ਕਾਫੀ ਸਾਰਿਆਂ ਨੂੰ ਜਾਣਦੀ ਆ ਜਿਹੜੇ ਮੇਰੇ ਜਿਵੇਂ ਮੋਹਨਜੀਤ ਹੋਣੀ ਰਵੀਦੀਪ ਹੋਣੀ ਸਾਰਿਆਂ ਨੂੰ ਡਾਕਟਰ ਅਮਰ ਸਿੰਘ ਯਾਦ ਹੋਣਾ ਨੂੰ ਸੁਣਦੀ ਰਹਿੰਦੀ ਆ ਕਾਫੀ ਉਹ ਕੁਝ ਲਾਗੂ ਰੱਖਦੀ ਆ ਇਹ ਚੀਜ਼ਾਂ ਤੇ ਕਹਿ ਰਹੀ ਸੀ ਮੈਨੂੰ ਕੱਲ ਹੀ ਕਹਿੰਦੀ ਡੈਡ ਵੀ ਜੇ ਆਪਾਂ ਜੇ ਆਪਾਂ ਨੂੰ ਕੋਰੋਨਾ ਬਾਰੇ ਕਲੀਅਰ ਨਾ ਨਾ ਹੁੰਦੀ ਗੱਲ ਆਪਾਂ ਬੜਾ ਡਰਦੇ ਰਹਿਣਾ ਸੀਗਾ ਵੀ ਆਪਾਂ ਨੂੰ ਐ ਸੀਗਾ ਇਹ ਸਿਰਫ ਇਮਿਊਨਿਟੀ ਦੀ ਗੱਲ ਹੀ ਆ ਹੋਰ ਕੋਈ ਗੱਲ ਨਹੀਂ ਕੋਈ ਡਰੇ ਨਹੀਂ ਇਸ ਕਰਕੇ ਆਪਾਂ ਨੂੰ ਬੜਾ ਫਾਇਦਾ ਹੋਇਆ ਇਹ ਚੀਜ਼ ਦਾ ਗਿਆਨ ਦਾ ਤੇ ਦੂਜੀ ਦੂਜਾ ਲੜਕਾ ਵੱਡਾ ਮੇਰਾ ਇੱਥੇ ਜੀਰਕਪੁਰ ਰਹਿੰਦਾ ਉਹ ਨੂ ਰਾਣੀ ਦੀ ਇੱਥੇ ਡੀਆਰਡਯੂ ਵਿੱਚ ਪੋਸਟਿੰਗ ਆ ਗਈ ਸਾਇੰਟਿਸਟ ਦਾ ਲੜਕੀ ਅੱਛਾ ਉਸ ਕਰਕੇ ਫਿਰ ਉਹ ਵੈਸੇ ਤਾਂ ਪਹਿਲਾਂ ਪਿੰਡ ਪਿੰਡ ਹੀ ਹੁੰਦਾ ਸੀ ਬਿਜ਼ਨਸ ਹੀ ਸੰਭਾਲਦਾ ਸੀ ਉਪਰੋਂ ਗੇੜੇ ਲਾਉਂਦਾ ਰਹਿੰਦਾ ਕੁਛ ਇੱਥੇ ਬੱਚੀ ਆ ਛੋਟੀ ਜੀ ਕੁਛ ਉੱਧਰ ਗੇੜੇ-ਗੂੜੇ ਲਾਉਂਦਾ ਰਹਿੰਦਾ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਫੇ ਤੁਸੀਂ ਇਹਨਾਂ ਕੋਲੇ ਵੀ ਜਾਂਦੇ ਆਂਦੇ ਰਹਿੰਦੇ ਹੋਵੋਗੇ ਹਨਾ ਅਸੀਂ ਇਹਦੇ ਵੀ ਜਾਂਦੇ ਹੋਵਾਂਗੇ ਇੱਥੇ ਵੀ ਆਂਦੇ ਹਾਂ ਬਿਲਕੁਲ ਇਹਨਾਂ ਕੋਲੇ ਆਉਂਦੇ ਜਾਂਦੇ ਕਰਕੇ ਫੇ ਜ਼ਿਆਦਾ ਮੌਨਜੀਤ ਉਹਨਾਂ ਨੂੰ ਮਿਲਦਾ ਆਉਂਦੇ ਹੀ ਰਹਿੰਦੇ ਇਹਨਾਂ ਕੋਲੇ ਇਹ ਵਧੀਆ ਗੱਲ ਹੈ ਤੇ ਐਕਸਪੋਜ਼ਰ ਮਿਲਦਾ ਇਹਨਾਂ ਨੇ ਡਿਫਰੈਂਟ ਸਿਟੀਜ਼ ਦੇ ਵਿੱਚ ਜਾਣ ਜਾਣ ਨਾਲ ਵੀ ਤੁਹਾਨੂੰ ਸਿਟੀਜ਼ ਦੇ ਵਿੱਚ ਕੀ ਫਰਕ ਲੱਗਦਾ ਹੈ ਕਿ ਜਿਵੇਂ ਬੰਬੇ ਵੀ ਤੁਸੀਂ ਗਏ ਹੋਵੋਗੇ ਇੱਥੇ ਮਹਾਲੀ ਚ ਫਿਰ ਸੋਲਨ ਵੀ ਜਿਵੇਂ ਤੁਸੀਂ ਗਏ ਹਨ ਤੇ ਇਹ ਸਿਟੀਜ਼ ਨੇ ਜਿਹੜੇ ਇਹਨਾਂ ਦਾ ਕੋਈ ਆਪਸ ਚ ਤੁਹਾਨੂੰ ਇਹ ਲੱਗਦਾ ਹੈ ਕਿ ਇੱਥੇ ਲੋਕ ਕਾਫੀ ਚੇਂਜ ਹੋ ਰਹੇ ਨੇ ਹੁਣ ਨੈਚੁਰਲ ਤਰੀਕਿਆਂ ਵੱਲ ਆ ਰਹੇ ਨੇ ਵਾਪਿਸ ਕਿ ਤੁਹਾਨੂੰ ਲੱਗਦਾ ਹੈ ਕਿ ਕਮਰਸ਼ੀਅਲੀ ਉਧਰ ਨੂੰ ਜ਼ਿਆਦਾ ਉਹਨਾਂ ਦਾ ਐਕਸਪੋਜ਼ਰ ਉਸ ਸਾਈਡ ਨੂੰ ਜ਼ਿਆਦਾ ਵਧ ਰਿਹਾ ਹੈ ਦੇਖੋ ਭਰਾ ਜੀ ਜ਼ਿਆਦਾ ਤਾਂ ਮੈਂ ਇਸ ਬਾਰੇ ਨਹੀਂ ਕੁਝ ਮੈਨੂੰ ਗਿਆਨ ਮੈਂ ਕਹਿ ਨਹੀਂ ਸਕਦਾ ਇੰਨਾ ਜ਼ਿਆਦਾ ਤਾਂ ਕੁਝ ਵੈਸੇ ਤਾਂ ਲੋਕ ਜਿਹੜਾ ਜਿੱਦਰ ਨੂੰ ਮੇਨਸਟ੍ਰੀਮ মিডিਆ ਕਹ ਲੋ ਜਾਂ ਜਿਹੜਾ ਇੱਕ ਤਰ੍ਹਾਂ ਲਾਈਫਸਟਾਈਲ ਤਰੱਕੀ ਦਾ ਜਿਹੜਾ ਦੱਸਿਆ ਜਾਂਦਾ ਹਨ ਜਿਹੜਾ ਅਕੈਡੈਮਿਕ ਸਿਸਟਮ ਤਾਬ ਕਿਸੇ ਚੱਲਦਾ ਉਹ ਉਸੇ ਪਾਸੇ ਨੂੰ ਸਾਰਾ ਦੌੜ ਰਿਹਾ ਵੈਸੇ ਤਾਂ ਨੇ ਉਹਨਾਂ ਜਿਆਦਾ ਤਾਂ ਅਵੇਅਰਨੈਸ ਨਹੀਂ ਹੈ ਥੋੜਾ ਕੁਝ ਫਰਕ ਹੈਗਾ ਯਾਨੀ ਕੁਝ ਲੋਕ ਹੈ ਜਿਹੜੇ ਥੋੜਾ ਸਿੱਖਦੇ ਆ ਜਾਂ ਲਾਗੂ ਕਰਦੇ ਨੇ ਇਹ ਚੀਜ਼ਾਂ ਨੂੰ ਉਹ ਚੀਜ਼ਾਂ ਨੂੰ ਹਾਂ ਪਰ ਉਹ ਜਿਆਦਾ ਤਾਂ ਨਹੀਂ ਹੈ ਤੇ ਹੈ ਉਹ ਜਿਵੇਂ ਹੁਣ ਚੰਡੀਗੜ੍ਹ ਚ ਵੀ ਹੈ ਤੁਹਾਨੂੰ ਤੁਹਾਨੂੰ ਕਿਤਾਬਾਂ ਵਗੈਰਾ ਪੜਨ ਦਾ ਸ਼ੌਕ ਹੈਗਾ ਨਾਲ? ਹਾਂਜੀ ਹਾਂ ਮੈਂ ਕਿਤਾਬਾਂ ਪੜਨ ਦਾ ਤਾਂ ਮੈਨੂੰ ਸ਼ੌਕ ਹੈਗਾ। ਮੈਂ ਪੜਦਾ ਹੀ ਰਹਿਣਾ ਕੁਛ ਨਾ ਕੁਛ। ਓਕੇ। ਕੁਛ ਨਾ ਕੁਛ। ਇਹ ਮੈਨੂੰ ਇੱਕ ਡਿਫਰੈਂਸ ਲੱਗਦਾ ਹੁੰਦਾ ਹੈ ਕਿ ਜਿਹੜੇ ਲੋਕ ਥੋੜੇ ਰੁਝ ਕੇ ਜਾਣਕਾਰੀ ਲੈਣਾ ਕਿਉਰੌਸਟੀ ਹੁੰਦੀ ਹੈ ਜਿੰਨਾਂ ਵਿੱਚ ਨਾ ਵੀ ਥੋੜੇ ਜਿਹੀ ਅਸੀਂ ਕਿਤਾਬਾਂ ਤੋਂ ਹੋਰ ਸਿੱਖ ਲਈਏ ਕੋਈ ਨਵੀਂ ਚੀਜ਼ ਪੜ ਲਈਏ ਕਰਕੇ। ਜਿੰਨਾ ਆਪਾਂ ਆਪਣੇ ਆਪ ਨੂੰ ਐਕਸਪੋਜ਼ ਕਰਦੇ ਜਾਂਦੇ ਆ ਚੀਜ਼ਾਂ ਨੂੰ ਉਹਨਾਂ ਆਪਣੇ ਆਪ ਨੂੰ ਆਪਣਾ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਜਾਂਦੀ ਹੈ ਆਪਾਂ ਨੂੰ ਰਿਐਲਿਟੀ ਪਤਾ ਲੱਗਦੀ ਹੈ ਕੀ ਹੈਗੀ ਹੈ ਕੀ ਨਹੀਂ ਹੈਗੀ ਬਿਲਕੁਲ 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 ਕਿਤਾਬਾਂ ਪੜ੍ਹਦੇ ਆ ਤਾਂ ਬਹੁਤ ਜ਼ਰੂਰੀ ਹੈ ਜੀ ਐ ਇਦਾਂ ਹੀ ਲੱਗਦਾ ਰਹਿੰਦਾ ਕਿ ਘੱਟ ਪੜ੍ਹਿਆ ਜਾਂਦਾ ਕਿ ਹੋਰ ਪੜ੍ਹਨਾ ਚਾਹੀਦਾ ਬਈ ਆਪਾਂ ਨੂੰ ਕੁਝ ਆਂਦਾ ਹੀ ਨਹੀਂ ਯਾਰ ਕੁਝ ਜਿੰਨਾ ਕਿ ਹੋਰ ਪੜ੍ਹੀਏ ਤਾਂ ਕੁਛ ਆਵੇ ਆ ਜਦੋਂ ਟਾਈਮ ਹੋਵੇ ਆਪਾਂ ਇਨਵੈਸਟ ਕਰੀਏ ਜਿੰਨਾ ਟਾਈਮ ਹੋਵੇ ਆਪਾਂ ਕਿਤਾਬਾਂ ਤੇ ਜਾਣਕਾਰੀ ਇਕੱਠੀ ਕਰਨ ਤੇ ਸਿੱਖਣ ਤੇ ਲਾਈਏ ਤੇ ਜ਼ਿਆਦਾ ਬੈਟਰ ਹੋਏਗਾ ਹਾਂ ਜੇ ਜਦੋਂ ਪੜ੍ਹਨ ਲੱਗਦੇ ਆ ਤਾਂ ਫਿਰ ਐਦਾਂ ਹੀ ਲੱਗਦਾ ਕਿ ਆਪਾਂ ਅਗਿਆਨੀ ਆ ਆਪਾਂ ਨੂੰ ਕੁਛ ਨਾ ਕੁਛ ਹੋਰ ਪੜ੍ਹਨਾ ਚਾਹੀਦਾ ਆਪਾਂ ਨੂੰ ਕੁਛ ਵੀ ਨਹੀਂ ਆ ਰਿਹਾ ਤੇ ਉਸ ਉਸ ਭੁੱਖ ਚੋਂ ਆ ਵੀ ਕੁਛ ਨਾ ਕੁਛ ਜੇ ਤੁਸੀਂ ਕੋਈ ক্লোਜ਼ਿੰਗ ਸਟੇਟਮੈਂਟ ਦੇਣਾ ਚਾਹੋਗੇ ਵੀ ਕੁਸੀ ਜਿਹੜੇ ਵੀ ਸਾਨੂੰ ਸੁਣਦੇ ਨੇ ਜਾਂ ਦੇਖਦੇ ਨੇ ਆ ਇੰਟਰਵਿਊ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਜੀ ਕੋਈ ਐਡੀ ਵੱਡੀ ਤਾਂ ਮੈਂ ਕਹਿੰਦੀ ਹਸਤੀ ਹੈ ਨਹੀਂ ਪਰ ਮੈਨੂੰ ਐਡੇ ਲੱਗਦਾ ਤੁਸੀਂ ਹੈਗੇ ਹੋ ਇਹੀ ਇਹੀ ਵੱਡੀ ਹਸਤੀ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਹਿੰਦੀ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆਂ ਅਗੇ ਤੇ ਮੈਂ ਇੱਥੇ ਕੈਨੇਡਾ ਬੈਠੀ ਨੇ ਤੁਹਾਡਾ ਨਾਮ ਸੁਣਿਆ ਹੈ ਤੇ ਤੁਹਾਨੂੰ ਆਲਮੋਸਟ ਮੈਂ ਜਦੋਂ ਵੀ ਆਪਣੇ ਬ੍ਰਦਰ ਨਾਲ ਗੱਲ ਕਰਦੀ ਆਂ ਜ਼ਰੂਰ ਦੱਸਦੇ ਨੇ ਮੈਨੂੰ ਤੁਹਾਡੇ ਬਾਰੇ ਐਦਾਂ ਹੀ ਬਹੁਤ ਸਾਰੇ ਹੋਰ ਲੋਕ ਜਿਨ੍ਹਾਂ ਨੂੰ ਤੁਸੀਂ ਪ੍ਰਭਾਵਿਤ ਕੀਤਾ ਹੈ ਉਹ ਤੁਹਾਡੀ ਗੱਲ ਜ਼ਰੂਰ ਕਰਦੇ ਹੋਵੋਗੇ ਤੇ ਇਸ ਲਈ ਤੁਹਾਡੇ ਜਿਹੜੀ ਗੱਲ ਹੈ ਉਹਦਾ ਅਸੀਂ ਬਹੁਤ ਮਾਣ ਕਰਦੇ ਆਂ ਇਸ ਕਰਕੇ ਅਸੀਂ ਸੁਣਨਾ ਚਾਹੁੰਦੇ ਵੀ ਤੁਸੀਂ ਸਾਡ ਨੂੰ ਸਾਰਿਆਂ ਨੂੰ ਜੋ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੈਸੇ ਤਾਂ ਸਾਡੇ ਕੋਲੇ ਬਹੁਤ ਵੱਡਾ ਧਰੋਹ ਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਉਦੋਂ ਹੀ ਸਿੱਖਿਆ ਲਈਏ ਤਾਂ ਮੈਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਸਫਲ ਹੋ ਸਕਦੀ ਆ ਜਿਵੇਂ ਅਸੀਂ ਕਹਿ ਸਕਦੇ ਆ ਕਿ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚੱਲੇ ਵਕਾਰ ਤੇ ਸਾਨੂੰ ਆਪਣੀ ਉਹ ਭੋਜਨ ਆ ਜਿਹੜਾ ਉਸ ਤਰ੍ਹਾਂ ਦਾ ਸਿੰਪਲ ਸਾਦਾ ਤੇ ਜੇ ਆమే ਅੱਗੇ ਅੱਗੇ ਆਪਣੇ ਵੱਲੋਂ ਕਹਿ ਸਕਦਾ ਕਿ ਕੱਚਾ ਭੋਜਨ ਜਿਹੜਾ ਕੁਦਰਤ ਤੋਂ ਮਿਲਦਾ ਸਾਨੂੰ ਜਿਹੜਾ ਪ੍ਰਮਾਤਮਾ ਭੇਜਦਾ ਤਾਂ ਕਿ ਅਸੀਂ ਉਹਨੂੰ ਘੱਟ ਤੋਂ ਘੱਟ ਪਕਾਈਏ ਤੇ ਅਸੀਂ ਡੱਬਾ ਬੰਦ ਭੋਜਨ ਨਾਲ ਲਈਏ ਤੇ ਜਿਹਦੇ ਵਿੱਚ ਬੜੀਆਂ ਗੜਬੜਾਂ ਨੇ ਤੇ ਉਹਸੀਂ ਆਪ ਹੀ ਪੈਦਾ ਕਰੀਏ ਤਾਂ ਉਹ ਸਾਡੀ ਸਿਹਤ ਵਾਸਤੇ ਵਧੀਆ ਰਹੂਗਾ ਤੇ ਅੱਗੇ ਅਸੀਂ ਥੋੜਾ ਬਹੁਤਾ এনवायरमेंट ਵਾਸਤੇ ਜੇ ਕੁਝ ਕਰ ਸਕਦੇ ਤੈਨ ਫੁੱਲ ਤਾਂ ਯਤਨ ਉਹ ਸਾਡੇ ਸਾਨੂੰ ਆਪਣਾ ਸਕੂਨ ਵੀ ਮਿਲੂਗਾ ਤੇ ਸਾਡੇ ਸਮਾਜ ਬਾਤਸ ਤੇ ਵੀ ਕੁਛ ਨਾ ਕੁਛ ਉਹਦਾ ਵਧੀਆ ਭਲਾ ਸੀ ਚਾਹਾਂਗੇ ਭਲਾ ਹੋਵੇਗਾ ਤੇ ਹਾਂਜੀ ਸਾਡੀ ਸਿਹਤ ਵੀ ਠੀਕ ਰਹੂਗੀ ਤੇ ਜੇ ਆਪਾਂ ਨੂੰ ਆਪਾਂ ਨੂੰ ਠੀਕ ਕਰਾਂਗੇ ਤਾਂ ਅੱਗੇ ਅੱਗੇ ਵੀ ਫੈਲਦੀਆਂ ਚੀਜ਼ਾਂ ਇਹ ਪਹਿਲਾਂ ਆਪ ਹੀ ਕਰਕੇ ਦਿਖਾਈਏ ਮੈਨੂੰ ਲੱਗਦਾ ਆਪੇ ਫਿਰ ਉਹ ਚੀਜ਼ ਪ੍ਰੋਪਗੇਟ ਹੁੰਦੀ ਹੈ ਹਾਂਜੀ ਜੇ ਤੁਸੀਂ ਕਿਹਾ ਕਿ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਮੋਟੀਵੇਟ ਹੋਏ ਨੇ ਨਾ ਇਸੇ ਤਰੀਕੇ ਨਾਲ ਪਹਿਲਾਂ ਜਦ ਆਪਾਂ ਆਪਣੇ ਆਪ ਤੇ ਇੰਪਲੀਮੈਂਟ ਕਰਾਂਗੇ ਤਾਂ ਆਪਣੇ ਆਸ-ਪਾਸ ਜੋ ਆਪਣੇ ਨਾਲ ਰਹਿੰਦੇ ਨੇ ਉਹ ਪ੍ਰਭਾਵਿਤ ਹੋਣਗੇ ਨਾ ਤੇ ਆਪਾਂ ਸਿਰਫ ਗੱਲਾਂ ਕਹਿ ਕੇ ਪ੍ਰਭਾਵਿਤ ਨਹੀਂ ਕਰ ਸਕਦੇ ਆਪਾਂ ਨੂੰ ਕਰਨਾ ਪੈਂਦਾ ਹੈ ਖੁਦ ਆਪਣੇ ਆਪ ਨੂੰ ਹਨਾ ਫੇਰ ਹੀ ਗੱਲ ਬਣਦੀ ਹੈ ਅੱਗੇ ਜਾ ਕੇ ਆਪ ਫਰਕ ਪੈਂਦਾ ਜੀ ਕੁਛ ਮਗਿਆ ਮੇਰਾ ਲੜਕਾ ਹੁਣ ਉਹਦੇ ਕੋਲ ਕਿਤਾਬ ਪਈ ਸੀ ਮੇਰਾ ਦਾਗਿਸਤਾਨ ਪੜ੍ਹ ਰਿਹਾ ਹਾਲਾਂਕਿ ਬਿਜੀ ਬਹੁਤ ਆਪਦੀ ਜੌਬ ਦੇ ਵਿੱਚ ਬਹੁਤ ਬਿਜੀ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਹਾਂ ਚੱਲ ਤੂੰ ਪੜ ਪੜਦਾ ਰਹਿਣਾ ਕੋਈ ਨਾ ਕੋਈ ਬੁੱਕ ਪੜਦਾ ਰਹਿੰਦਾ ਹਾਂਜੀ ਸਾਡਾ ਕੁਛ ਨਾ ਕੁਛ ਪ੍ਰਭਾਵ ਆਉਂਤੇ ਵੀ ਘਰੇ ਛੋਟੀ ਜਿਹੀ ਮੇਰੀ ਲਾਇਬ੍ਰੇਰੀ ਬਣਾਈ ਹੋਈ ਆ ਕਾਫੀ ਕਿਤਾਬਾਂ ਪਈਆਂ ਨੇ ਅਕਸਰ ਦੇਖਦੇ ਹੀ ਆ ਬੱਚੇ ਹੂੰ ਦੇਰ ਸਵੇਰ ਕੁਛ ਨਾ ਕੁਛ ਅਸਰ ਤਾਂ ਹੁੰਦਾ ਹੀ ਐ ਵੱਡੇ ਲੜਕੇ ਨੇ ਕਹਿੰਦਾ ਡੈਡੀ ਕਿਤਾਬਾਂ ਲਿਆ ਕੇ ਦਿਓ ਮੈਂ 16 17 ਕਿਤਾਬਾਂ ਬਰਨਾਲੇ ਤੋਂ ਉਹਨੂੰ ਇੱਥੇ ਲਿਆ ਕੇ ਦਿੱਤੀਆਂ ਤੇ ਕੁਛ ਤਾਂ ਫਰਕ ਪੈਂਦਾ ਹੀ ਆ ਹਾਂਜੀ ਹਾਂ ਹਾਂਜੀ ਹਾਂਜੀ ਨਹੀਂ ਕੁਛ ਨਹੀਂ ਕਾਫੀ ਫਰਕ ਪੈਂਦਾ ਹੈ ਤੁਹਾਡਾ ਮਾਈਂਡ ਸੈਟ ਕਾਫੀ ਚੇਂਜ ਹੁੰਦਾ ਹੈ ਬੁੱਕਸ ਵਗ ਅਹ ਠੀਕ ਹੈ ਸਰ ਥੈਂਕ ਯੂ ਸੋ ਮਚ ਤੁਸੀਂ ਆਪਣਾ ਟਾਈਮ ਕੱਢਿਆ ਅੱਜ ਸਪੈਸ਼ਲ ਆਏ ਮੁੰਜੀਤ ਕੋਲੇ ਤੇ ਸਾਡੇ ਨਾਲ ਤੁਸੀਂ ਆਪਣੀ ਸੋਚ ਸ਼ੇਅਰ ਕੀਤੀ ਤੇ ਫਿਰ ਅਸੀਂ ਤੁਹਾਡੇ ਨਾਲ ਮਿਲਾਂਗੇ ਕੁਝ ਸਾਲਾਂ ਬਾਅਦ ਤੇ ਮੈਨੂੰ ਪੱਕਾ ਸ਼ੁਰੂਤੀ ਹੈ ਵੀ ਤੁਸੀਂ ਜਿਹੜੀ ਆਪਣੀ ਮੂਵਮੈਂਟ ਚਲਾ ਰਹੇ ਹੋ ਆਰਗੇਨਿਕ ਨੂੰ ਲੈ ਕੇ ਇਹ ਉਦੋਂ ਤੱਕ ਹੋਰ ਵੱਧ ਚੁੱਕੀ ਹੋਏਗੀ ਹਨ ਤੁਸੀਂ ਹੋਰ ਕਾਫੀ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕੇ ਹੋਵੋਗੇ ਤੇ ਇਹ ਵਧੀਆ ਆਪਣੇ ਪੰਜਾਬ ਲਈ ਵਧੀਆ ਹੈ ਜਿੰਨੇ ਲੋਗ ਇਹ ਆਰਗੇਨਿਕ ਖੇਤੀਕਰਨ ਜਾਂ ਇਹ ਚੀਜ਼ਾਂ ਨੂੰ ਸਮਝਣ ਉਹਨਾਂ ਹੀ ਆਪਣੇ ਆਸ-ਪਾਸ ਦੇ ਮਾਹੌਲ ਵਾਸਤੇ ਤੇ ਪੰਜਾਬ ਵਾਸਤੇ ਬਹੁਤ ਵਧੀਆ ਗੱਲ ਹੈ ਜੀ ਤੇ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਕੰਟਰੀਬਿਊਟ ਕਰ ਰਹੇ ਹੋ ਥੈਂਕ ਯੂ ਸੋ ਮੱਚ ਸਰ ਧੰਨਵਾਦ ਜੀ ਧੰਨਵਾਦ ਪ੍ਰਭਜੀਤ ਜੀ ਤੁਸੀਂ ਅੱਗੇ ਤੁਹਾਡੇ ਸੁਣਨ ਵਾਲਿਆਂ ਨਾਲ ਮੈਨੂੰ ਰੂਬਰੂ ਕਰਾਇਆ ਉਹਨਾਂ ਨਾਲ ਮੇਰੇ ਵਿਚਾਰਾਂ ਦੀ ਸਾਂਝ ਪਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਓਕੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ